ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਸਭ ਦਾ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਅਤੇ ਤੁਸੀਂ ਸੋਚ ਰਹੇ ਹੋਗੇ ਕਿ ਅੱਜ ਮੈਂ ਪ੍ਰੀਤ ਕੁਛ ਹੋਰ ਪ੍ਰੋਗਰਾਮ ਦੇ ਵਿੱਚ ਕਿਵੇਂ, ਕਿਉਂਕਿ ਅੱਜ ਮੈਂ ਨਾ ਇੱਕ ਸੁਪਨਾ ਦੇਖਿਆ ਸੀ ਅਤੇ ਉਸ ਸੁਪਨੇ ਦੀ ਸਟਾਰ ਕਾਸਟ ਨੂੰ ਵੀ ਮੈਂ ਆਪਣੇ ਸ਼ੋਅ ਦੇ ਵਿੱਚ ਬੁਲਾ ਹੀ ਲਿਆ। ਮੈਂ ਕਿਹਾ ਉਹਨਾਂ ਦੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਣ, ਕਿਉਂਕਿ ਸੁਪਨੇ ਸਾਰਿਆਂ ਦੇ ਹੁੰਦੇ ਨੇ ਅਤੇ ਪੂਰੇ ਕਈਆਂ ਦੇ ਹੁੰਦੇ ਨੇ, ਪਰ ਮੈਨੂੰ ਲੱਗਦਾ ਕਿ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਤਾਂ ਹਮੇਸ਼ਾ ਕਰਦੇ ਰਹਿਣਾ ਚਾਹੀਦਾ। ਅਤੇ ਮੇਰਾ ਵੀ ਇੱਕ ਸੁਪਨਾ ਸੀ ਅਤੇ ਉਹ ਸੁਪਨਾ ਅੱਜ ਇਸ ਸ਼ੋਅ ਦੇ ਵਿੱਚ ਮੈਂ ਪੂਰਾ ਕਰਨ ਜਾ ਰਹੀ ਹਾਂ। ਅਤੇ ਸੋ ਮੇਰੇ ਨਾਲ ਬਹੁਤ ਹੀ ਵਧੀਆ ਜੇ ਖਾਸ ਮਹਿਮਾਨ ਹੈਗੇ ਨੇ, ਪਹਿਲਾਂ ਸਵਾਗਤ ਹੀ ਕਰ ਲੈਂਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕਰਨੀਆਂ ਨੇ। ਵੈਲਕਮ ਹੈ ਜੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਮੈਨੂੰ ਥੋੜ੍ਹੇ ਘੱਟ ਦੇ ਦਿਓ ਜੀ, ਮੈਂ ਉੱਧਰ ਹੀ ਕਰ ਦਿਆਂਗਾ, ਇਹਨੂੰ ਹੋਣਾ ਪੈਣਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਬਿਲਕੁਲ ਜੀ, ਸੁਪਨਾ ਮੂਵੀ ਆ ਰਹੀ ਹੈ ਜੀ ਅਤੇ ਉਹਦੀ ਸਟਾਰ ਕਾਸਟ ਮੇਰੇ ਨਾਲ ਹੈ ਬਹੁਤ ਹੀ ਸੋਹਣੀ ਜੀ ਹੀਰੋਇਨ ਤਾਨਿਆ ਅਤੇ ਐਮੀ ਵਿਰਕ ਜੀ। ਸੋ ਆਲਮੋਸਟ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੀ ਹੋ। ਸੋ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਜੀ, ਟ੍ਰੇਲਰ ਇੰਨਾ ਹਿੱਟ ਹੋ ਗਿਆ ਅਤੇ ਕੱਲ੍ਹ ਮੂਵੀ ਰਿਲੀਜ਼ ਹੋਣ ਵਾਲੀ ਹੈ ਅਤੇ ਉਹ ਵੀ ਸੁਪਰ ਡੁਪਰ ਹਿੱਟ ਹੋ ਜਾ। ਉਹ ਦੀਦੀ ਦੀਦੀ ਮੈਂ ਨਾ ਸੁਪਨਾ ਵੇਖਿਆ ਇੱਕ, ਓਏ ਹੋਏ ਹੋਏ, ਉਹ ਸੁਪਨੇ ਦੇ ਵਿੱਚ ਮੈਂ ਪਤਾ ਕੀ ਕੀਤਾ, ਦੇਖੋ ਜਦੋਂ ਹੀ ਮੈਂ ਅੱਖਾਂ ਬੰਦ ਕਰਦਾ ਨਾ ਸੁਪਨਾ ਆਉਂਦਾ ਹੈ ਅਤੇ ਨਾਲ ਦੇ ਨਾਲ ਪੂਰੀ ਦੀ ਪੂਰੀ ਫਿਲਮ ਸ਼ੁਰੂ ਹੋ ਜਾਂਦੀ ਹੈ ਅਤੇ ਫਿਲਮ ਦੇ ਵਿੱਚ ਤਿੰਨ ਜਣੇ, ਸੋਚੋ ਕੌਣ। ਪਹਿਲਾਂ ਤਾਂ ਮੈਨੂੰ ਇਹ ਦੱਸ ਤੈਨੂੰ ਕਿ ਤੂੰ ਕੁਛ ਸੁੰਘ ਲੈਂਦਾ ਹੈ ਕਿ ਜਦੋਂ ਵੀ ਕਿਤੇ ਕੋਈ ਸਪੈਸ਼ਲ ਕੰਮ ਕਰਨਾ ਹੁੰਦਾ ਤੇ ਤੂੰ ਆ ਜਾਣਾ ਉਦੋਂ ਹੀ? ਤੁਹਾਡਾ ਰੋਜ਼ ਦਾ ਇਹੀ ਕੰਮ ਹੈ, ਸਪੈਸ਼ਲ ਕੀ ਇਹ 'ਚ ਹੈ? ਅੱਛਾ ਸਪੈਸ਼ਲ ਦੱਸਾਂਗੀ, ਤੂੰ ਦੱਸ ਕੀ ਸੁਪਨਾ ਹੈ? ਜੇ ਦੀਦੀ ਸੁਪਨਾ ਆਉਂਦਾ, ਮੇਰੇ ਸੁਪਨੇ 'ਚ ਤਿੰਨ ਜਣੇ ਆਉਂਦੇ ਨੇ, ਹੀਰੋ, ਹੀਰੋਇਨ ਅਤੇ ਵਿਲਨ। ਅੱਛਾ ਠੀਕ ਹੈ। ਹੁਣ ਉਹਦੇ ਵਿੱਚ ਜਿਹੜਾ ਹੀਰੋ ਹੈ ਉਹ ਹੈਗਾ ਐਮੀ ਵਿਰਕ। ਅੱਛਾ ਤੇ ਹੀਰੋਇਨ ਕੌਣ ਹੈ? ਤਾਨੀਆ। ਤਾਨੀਆ, ਅੱਛਾ। ਵੈਸੇ ਤਾਂ ਆਪਣੀ ਲੜਾਈ ਹੁੰਦੀ ਰਹਿੰਦੀ ਹੈ, ਜੇਕਰ ਤੇਰੇ ਸੁਪਨੇ ਨੂੰ ਮੈਂ ਸੱਚ ਕਰਦਾ ਫਿਰ? ਹਾਂ ਦੀਦੀ, ਜੋ ਤੁਸੀਂ ਕਹੋਗੇ ਮੈਂ ਉਦਾਂ ਹੀ ਕਰਾਂਗਾ। ਚੱਲ ਠੀਕ ਹੈ ਫਿਰ, ਮੈਂ ਉਹ ਸ਼ਾਇਦ ਨਹੀਂ ਪੱਕਾ ਲਿਖਾ ਲੈਣਾ ਮੈਂ ਪੱਕਾ ਤੇ ਲੈ, ਸੁਪਨਾ ਸੱਚ ਹੋ ਗਿਆ। ਚੁੰਡੀ ਹੋ ਗਿਆ ਨਾ, ਇਹ ਮੈਂ ਦੱਸ ਦਵਾਂ ਜੀ, ਇਹ ਬੋਲਤੀ ਬੰਦ ਮੇਰਾ ਭਰਾ ਹੈ ਛੋਟਾ। ਵੈਸੇ ਨਾਮ ਹੀ ਆ ਬੋਲਤੀ ਬੰਦ, ਬੋਲਤੀ ਕਦੀ ਨਹੀਂ ਬੰਦ ਹੁੰਦੀ। ਤੇ ਜਦੋਂ ਕਿਤੇ ਕੰਮ ਕਰਨਾ ਹੋਵੇ, ਕੋਈ ਸਟਾਰ ਕਾਸਟ ਆਈ ਹੋਵੇ, ਖਾਸ ਕਰਕੇ ਕੋਈ ਸੋਹਣੀ ਜਿਹੀ ਕੁੜੀ ਤੁਹਾਡੇ ਵਰਗੀ ਆਈ ਹੋਵੇ, ਇਹਨੇ ਸੁੰਘਦੇ ਸੁੰਘਦੇ ਪਹੁੰਚ ਹੀ ਜਾਣਾ ਉੱਥੇ। ਇੱਕ ਮਿੰਟ, ਮੈਂ ਸਿੱਧੀ ਗੱਲਬਾਤ ਕਰ ਸਕਦਾ? ਵਿਚੋਲਿਆਂ ਦੀ ਕੋਈ ਲੋੜ ਨਹੀਂ। ਹਾਏ ਹਾਏ, ਮੈਂ ਸੁਣਿਆ ਕਿ ਤੁਸੀਂ ਮਤਲਬ ਲਾਈਕ ਮੁੰਡਾ ਲੱਭ ਰਹੇ ਹੋ ਕੋਈ ਵਿਆਹ ਵਾਸਤੇ। ਵਿਆਹ ਵਾਸਤੇ ਵੀ, ਕੱਲ ਵੈਲੈਂਟਾਈਨਸ ਡੇ ਲਈ ਤੇ ਮੈਨੂੰ ਮੁੰਡਾ ਚਾਹੀਦਾ, ਬਹੁਤ ਜ਼ਰੂਰੀ ਹੈ। ਦੀਦੀ ਜਿਹੜਾ ਬੁਕੇ ਤੁਸੀਂ ਆਰਡਰ ਕੀਤਾ ਸੀ ਕਿਸੇ ਲਈ, ਉਹ ਅੰਦਰ ਸ਼ਿਫਟ ਕਰ ਦਿਓ ਜਰਾ। ਅੱਛਾ ਅੱਛਾ, ਮੈਂ ਜਾਣਨਾ ਹੈ ਕਿ ਉਹ ਮੈਂ ਨਾਲ ਦੇਖ, ਨਾਲ ਕੌਣ ਬੈਠਾ ਹੈ? ਨਹੀਂ, ਮੇਰੇ ਨਾਲ ਆ ਗਿਆ ਹੱਥ ਬੰਨੇ ਵੀਰ, ਜੋ ਤੈਨੂੰ ਠੀਕ ਲੱਗਦਾ ਤੂੰ ਕਰ, ਕੋਈ ਗੱਲ ਨਹੀਂ। ਅੱਛਾ ਐਮੀ ਭਾਜੀ, ਦੇਖੋ ਜਿਵੇਂ ਕਿ ਅੱਜ ਮੈਂ ਇੱਥੇ ਪਹੁੰਚਿਆ ਹੋਇਆ, ਹਾਂਜੀ, ਤੁਹਾਡੇ ਕੋਲ ਇੱਕ ਬੜਾ ਵਧੀਆ ਤਰੀਕਾ ਹੈਗਾ ਕਿ ਮੈਨੂੰ ਇਹ ਸਿਖਾਉਣ ਦਾ ਕਿ ਕੁੜੀ ਕਿੱਦਾਂ ਪਟਾਈਦੀ। ਯਾਰ ਮੈਂ ਤੇ ਤੂੰ ਸਿੱਖਣਾ ਹੈ? ਮੈਂ ਤੇ ਤੇਰੇ ਤੋਂ ਸੁੱਖਣਾ, ਤੇ ਕੋਈ ਸ਼ਕਤੀ ਸੁੰਘਣ ਦੀ ਤੂੰ ਮੈਨੂੰ ਦੱਸ ਕਿੱਥੋਂ ਲਈ? ਮੈਂ ਤੁਰਪਾਂ ਕਰਾਂ ਕਿਸੇ ਨਾ ਕਿਸੇ ਪਾਸੇ। ਨਹੀਂ ਭਾਜੀ, ਮੈਂ ਜ਼ਰੂਰ ਤੁਹਾਨੂੰ ਦੱਸਾਂਗਾ। ਦੂਸਰੀ ਗੱਲ ਜਿਹਦੀ ਤੁਹਾਨੂੰ ਪਤਾ, ਮੈਂ ਇਹਨਾਂ ਦੇ ਇੰਨੇ ਸੁਪਨੇ ਦੇਖਣਾ ਨਾ, ਇੰਨੇ ਸੁਪਨਾ ਦੇਖਦਾ, ਔਰ ਮੈਨੂੰ ਇੰਨਾ ਵਧੀਆ ਲੱਗਦਾ ਜਦੋਂ ਤਾਨੀਆ ਜੀ ਮੇਰੇ ਸਾਹਮਣੇ ਆ ਕੇ ਬਹਿ ਜਾਂਦੇ ਨੇ। ਮਤਲਬ ਤੁਸੀਂ 22 ਘੰਟੇ ਸੁਣਨੇ ਫਿਰ ਤੁਹਾਡੀ ਚੋਂ? ਜੇ ਇੰਨੇ ਸੁਪਨੇ ਵੇਖਦੇ, ਤੁਸੀਂ ਰਿਐਲਿਟੀ 'ਚ ਕੋਈ ਕਰਦੇ ਕਿ ਸੁਪਨੇ ਵੇਖਦੇ ਜੇ? ਨਹੀਂ, ਮੈਂ ਕਰਦਾ ਭਾਜੀ, ਮੈਂ ਪੜ੍ਹਦਾ ਹਾਂ। ਓ ਵੈਰੀ ਗੁੱਡ, ਮੈਂ ਕਲਾਸ 'ਚ ਮੈਂ ਪੜ੍ਹਦਾ। ਨਹੀਂ ਉਹ ਉਹਦੀ ਗੱਲ ਛੱਡੋ, ਮੈਂ ਕਿਤਾਬਾਂ ਪੜ੍ਹਦਾ ਕਿ ਕਿੱਦਾਂ ਵਸ਼ਚ ਕਰੀਦਾ। ਓ ਮਾਈ ਗੋਡ, ਇਹ ਮੈਨੂੰ ਲੱਗਦਾ ਫਿਰ ਉਹ ਤੋਂ ਸਿੱਖੋ ਕਿ ਨਹੀਂ ਭਾਜੀ, ਉਹ ਤੇ ਚਲੋ ਥਿਉਰੀ ਹੋ ਗਿਆ ਨਾ, ਪ੍ਰੈਕਟੀਕਲ ਜੋ ਮਜ਼ਾ ਹੈ ਨਾ ਉਹਦੇ ਵਰਗੀ ਰੀਸ ਕੋਈ ਨਹੀਂ। ਪਰ ਮੈਨੂੰ ਲੱਗਦਾ ਕਿ ਹੁਣ ਤੇਰਾ ਸੁਪਨੇ 'ਚ ਨਾ ਕੋਟਾਪਾ ਵੀ ਚੜ੍ਹਨ ਵਾਲਾ। ਦੀਦੀ ਤੁਹਾਨੂੰ ਇੱਕ ਗੱਲ ਦੱਸਾਂ, ਆ ਦੰਦ ਆ ਨਾ ਮੇਰੇ ਸੁਣਿਆ, ਦੰਦੀ ਵੀ ਬੜੀ ਕਸੂਤੀ ਵੜਦਾ, ਇਹ ਭੰਨ ਵੀ ਦੇਣਾ ਕਹਿੰਦੇ ਚੌੜ ਕੇ। ਚਲੋ ਕੋਈ ਗੱਲ ਨਹੀਂ ਭਾਜੀ, ਗੁੱਸਾ ਜ਼ਰੂਰੀ ਕਰਨਾ। ਦੰਦੀ ਤਾਨਿਆ ਵੀ ਬਹੁਤ ਕਸੂਤੀ ਵੱਢਦੀ ਆ। ਓਏ ਸੇਮ ਸੇਮ, ਤੇ ਡੰਡਾ ਐਮੀ ਵੀ ਬਹੁਤ ਕਸੂਤਾ ਮਾਰਦਾ। ਹਾਂ ਦੀਦੀ, ਡੰਡੇ ਵਾਲੀ ਗੱਲ ਕੁੜੀਆਂ ਤੇ ਚੰਗੀ ਨਹੀਂ ਲੱਗਣੀ ਹੈ ਨਾ। ਅੱਛਾ ਆ ਵੇ, ਇਹਦੇ ਵੀ ਦੰਦ, ਇਹਦੇ ਵੀ ਦੰਦ ਉੱਚੇ ਉੱਚੇ ਜਿਹੇ ਨਾ, ਚੂਹੀਆਂ ਕੇ ਵੇਖ। ਸੇਮ ਸੇਮ ਦੰਦ, ਉਹ ਦੇਖ ਚੂਹੀ ਚੂਹੀ। ਨਹੀਂ 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 ਨਹੀਂ, ਮੈਂ ਚੂਹਾ ਨਹੀਂ, ਕਿਉਂਕਿ ਇੱਦਾਂ ਰਿਲੇਸ਼ਨ ਖਰਾਬ ਹੋ ਜਾਏਗਾ। ਸੋ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਤੇ ਤੁਹਾਨੂੰ ਵੀ ਭਾਜੀ, ਤੁਹਾਨੂੰ ਵੀ, ਔਰ ਇੰਨੇ ਘੈਂਟ ਲੱਗ ਰਹੇ ਹੋ ਭਾਜੀ, ਤੁਸੀਂ ਮੇਰੇ ਰੋਲ ਮਾਡਲ ਹੋ। ਮੈਂ ਜਦੋਂ ਵੀ ਵੱਡਾ ਹੋ ਗਿਆ, ਮਤਲਬ ਹਾਂ ਮੈਂ ਵੱਡਾ ਹਾਂ, ਸੋਰੀ ਸੋਰੀ, ਆਮ ਟੇਕਿੰਗ ਮਾਈ ਵਰਡਸ ਬੈਕ, ਮੈਂ ਹੁਣੇ ਜਿੱਦਾਂ ਵੱਡਾ ਹੋ ਗਿਆ, ਮੈਂ ਪੱਗ ਤੁਹਾਡੇ ਵਾਂਗੂ ਬੰਨਿਆ ਕਰਨੀ, ਘੈਂਟ ਫੱਬਵੀਂ। ਓ ਵੈਰੀ ਗੁੱਡ, ਠੀਕ ਹੈ। ਤੇ ਤਾਨੀਆ ਜਿੰਦੇ ਤੇ ਨਾਲ ਹੋਣਾ ਹੀ ਆ। ਬਸ ਤਾਨੀਆ ਗੂਆ ਫਰਾਗ ਜੀ ਪਾਣੀ ਕਰੀ। ਨਹੀਂ ਮੈਂ ਕਿ ਸੌਰੀ, ਮੈਂ ਵੈਸੇ ਮਜ਼ਾਕ ਕਰਨ ਦੀ ਆਦਤ ਆ ਮੈਨੂੰ। ਨਹੀਂ ਕੋਈ, ਮੈਂ ਕਹਾ ਇਹਨਾਂ ਤੋਂ ਕੁਝ ਸਿੱਖੇ ਨਹੀਂ। ਨਹੀਂ, ਉਹਨਾਂ ਤੋਂ ਮੈਂ ਸਿੱਖਾਂਗਾ ਪਿਆਰ। ਓ ਵੈਰੀ ਗੁੱਡ, ਥੈਂਕ ਯੂ।
ਕਿਸਮਤ ਫਿਲਮ ਨਾਲ ਲੋਕੀ ਰਿਲੇਟ ਕਰਦੇ ਪਏ ਨੂੰ ਯਾਰ ਬੈਸਟ ਕਿ ਉਹ ਇੰਨੀ ਲੋਕਾਂ ਨੂੰ ਫਿਲਮ ਪਸੰਦ ਆਈ ਤੇ ਉਸ ਫਿਲਮ ਨਾਲ ਰਿਲੇਟ ਕਰਦੇ ਪਏ ਇਮੋਸ਼ਨਸ ਦਾ ਵੀ ਮਜ਼ਾ ਜੀ ਆਪਦਾ ਬਹੁਤ ਲੋਕਾਂ ਨੂੰ ਵਧੀਆ ਲੱਗਦਾ ਇਮੋਸ਼ਨਲ ਹੋ ਕੇ ਜਾਂ ਇਮੋਸ਼ਨਸ ਨੂੰ ਪਸੰਦ ਬਹੁਤ ਲੋਕੀ ਕਰਦੇ ਆ ਤੇ ਬਾਕੀ ਉਹ ਤੁਸੀਂ ਕੱਲ੍ਹ ਫਿਲਮ ਵੇਖਣੀ ਹੈ ਹਸਾਉਣਾ ਰਵਾਉਣਾ ਤੁਹਾਡੇ ਆਪਦੇ ਹੱਥ ਹੈ ਤੁਹਾਨੂੰ ਕਿਹੜੀ ਫੀਲ ਕੀਤੀ ਤੁਸੀਂ ਕਈ ਵਾਰੀ ਕਿੰਨੀ ਖੁਸ਼ੀ ਵਾਲੀ ਚੀਜ਼ ਹੁੰਦੀ ਤੇ ਬੰਦਾ ਰੋਣ ਲੱਗ ਪੈਂਦਾ ਤੇ ਕਈ ਵਾਰੀ ਸੈਡ ਫੀਲ ਹੁੰਦਾ ਤੇ ਮੂੰਹ ਦਾ ਜਾਂ ਦੰਦ ਕੱਢੀ ਜਾਂਦਾ ਕਿ ਤੋ ਆਪਣੇ ਤੇ ਡਿਪੈਂਡ ਕਰਦਾ ਆਪਾਂ ਕਿੱਥੇ ਹੱਸਣਾ ਕਿੱਥੇ ਰੋਣਾ ਸਾਰੇ ਮੂਮੈਂਟਸ ਨੇ ਫਿਲਮ ਦੇ ਵਿੱਚ ਬਾਕੀ ਇੰਨੇ ਇੰਗਲਿਸ਼ 'ਚ ਬਹੁਤ ਛੇਤੀ ਛੇਤੀ ਬੋਲ ਦੇਣੀ ਉਹ ਗੱਲ ਬੋਲ ਜਿਵੇਂ ਬੋਲ ਦਿੰਦੀ ਖੁਰਾਕ ਘਟਾਓ ਨਾ ਫਿਰ ਸੁਪਨੇ ਵਧੀਆ ਭਾਜੀ ਮੈਂ ਸੁਪਨੇ ਇੰਨੇ ਵਧੀਆ ਦੇਖੋ ਜਿਸ ਸੁਪਨੇ ਦੇ ਵਿੱਚ ਐਮੀ ਭਾਜੀ ਆ ਗਏ ਜਿਸ ਸੁਪਨੇ ਦੇ ਵਿੱਚ ਸਿਰਫ ਤੰਗ ਨੀ ਕਰਨਾ ਹੁੰਦਾ ਦੇਖੋ ਮੈਂ ਬੁਕਸ ਪੜ੍ਹਦਾ ਠੀਕ ਹੈ ਉਹ ਬੁਕਸ ਦੇ ਵਿੱਚ ਮੈਂ ਕਿੱਦਾਂ ਕੀ ਕਰਨਾ ਹੁੰਦਾ ਕੁੜੀਆਂ ਵਾਸਤੇ ਕਰਨੀਆਂ ਭਾਜੀ ਥੈਂਕ ਯੂ ਉਹ ਕਰਨਾ ਸਿੱਖਦਾ ਉਹ ਵੀ ਤੂੰ ਆਪਣਾ ਸੁਪਨਾ ਨੀ ਵੇਖਿਆ ਉਹ ਦੇਖ ਕੇ ਟ੍ਰੇਲਰ ਨਾ ਐਮੀ ਜੀ ਕੀ ਕਰਦੇ ਨੇ ਫੇਰ ਹੀ ਸ਼ੁਰੂ ਕੀਤਾ ਤੂੰ ਤੇ ਮੈਂ ਤੁਹਾਨੂੰ ਕਿਹਾ ਨਾ ਆਪਣਾ ਕੁਛ ਨੀ ਟਰੂਡੋ ਮੇਰੀ ਮਾਸੀ ਦਾ ਮੁੰਡਾ ਤੇ ਸਾਡਾ ਫੁੱਫੜ ਲੱਗਦਾ ਟਰੰਪ ਇਹੋ ਜਿਹੇ ਸੁਪਨੇ ਆਉਂਦੇ ਰਹਿੰਦੇ ਨੰਬਰ ਨੀ ਆਏ ਮੰਮੀ ਨੇ ਕੁੱਟਿਆ ਉਹ ਤੇ ਨੀ ਮੈਨੂੰ ਕਦੀ ਆਇਆ ਹਾਂ ਡੈਡੀ ਕੋਲੋਂ ਜ਼ਰੂਰ ਪਈਆਂ ਨੇ ਉਹ ਮੈਂ ਜ਼ਰੂਰ ਦੇਖਿਆ ਹੋਇਆ ਇਹਨੂੰ ਵੈਸੇ ਹੀ ਪੈਂਦੀਆਂ ਇਕੱਲੇ ਡੈਡੀ ਕੋਲੋਂ ਨੀ ਸਭ ਕੋਲੋਂ ਹੀ ਪੈਂਦੀਆਂ ਹੈਗੀਆਂ ਨੇ ਤੇ ਚੱਲ ਹੁਣ ਮੈਨੂੰ ਗੱਲ ਕਰ ਲੈਂਦੇ ਠੀਕ ਹੈ ਜਦੋਂ ਕਿਸਮਤ ਦੇਖਣ ਗਏ ਸੀ ਨਾ ਮੈਨੂੰ ਯਾਦ ਹੈ ਮੈਂ ਦਿੱਲੀ ਦੇ ਵਿੱਚ ਸੀ ਔਰ ਟਿਕਟਸ ਆਪਾਂ ਮੰਨੀਏ ਕਿ ਪੰਜਾਬੀ ਮੂਵੀ ਪੰਜਾਬ ਦੇ ਵਿੱਚ ਤਾਂ ਹਿੱਟ ਹੁੰਦੀ ਹੁੰਦੀ ਹੈ ਪਰ ਹੈ ਨਾ ਦਿੱਲੀ ਦੇ ਵਿੱਚ ਟਿਕਟਸ ਹੀ ਨਹੀਂ ਮਿਲ ਰਹੀਆਂ ਸੀ ਔਰ ਰਾਤ ਦਾ 11:30 ਦਾ ਸ਼ੋਅ ਮਿਲਿਆ ਔਰ ਫੁੱਲ ਔਰ ਉਹਦੇ ਵਿੱਚ ਵੀ ਇੱਕ ਦੋ ਸੀਟਾਂ ਸਾਨੂੰ ਮਿਲੀਆਂ ਔਰ ਜਦੋਂ ਮੈਂ ਮੂਵੀ ਖਤਮ ਹੋਈ ਤੇ ਸਾਰਾ ਦਿੱਲੀ ਵਾਲੇ ਲੋਕ ਹੀ ਇੰਨਾ ਜ਼ਿਆਦਾ ਰੋ ਰਹੇ ਸੀ ਪੰਜਾਬੀ ਮੂਵੀ ਦੇਖ ਕੇ ਤੇ ਹੁਣ ਇਫੈਕਟ ਕਿਤੇ ਨਾ ਕਿਤੇ ਕੰਪੈਰੀਜ਼ਨ ਤਾਂ ਹੋ ਰਿਹਾ ਸੁਪਨਾ ਦਾ ਵੀ ਹੈ ਨਾ ਇਹਦੇ ਨਾਲ ਹਾਂ ਕੰਪੈਰੀਜ਼ਨ ਵਧੀਆ ਹੋ ਰਿਹਾ ਐਂਡ ਉਹ ਮੂਵੀ ਨੇ ਇੰਨੇ ਸਟੈਂਡਰਡ ਸੈੱਟ ਕਰਤੇ ਨੇ ਕਿ ਇੱਕ ਇੰਨੇ ਸਟੈਂਡਰਡ ਹੋਲਡਿੰਗ ਮੂਵੀ ਦੇ ਨਾਲ ਇਸ ਮੂਵੀ ਦਾ ਕੰਪੈਰੀਜ਼ਨ ਕਰ ਰਿਹਾ ਪਹਿਲੀ ਗੱਲ ਤਾਂ ਉਹ ਸਾਡੇ ਲਈ ਇਟਸ ਅ ਪਲੇਜ਼ਰ ਕਿ ਕਿਹੜੇ ਸਟੈਂਡਰਡ ਸੀ ਹੁਣ ਸਾਡੀ ਰਿਸਪੋਂਸੀਬਿਲਟੀ ਕਿ ਆਪਣੇ ਸੈੱਟ ਕੀਤੇ ਸਟੈਂਡਰਡ ਜੋ ਇਹਨਾਂ ਨੇ ਸੈੱਟ ਕੀਤੇ ਉਹ ਅਸੀਂ ਆਪ ਹੀ ਤੋੜਨੇ ਬਿਲਕੁਲ ਕਿਤੇ ਨਾ ਕਿਤੇ ਹੁੰਦਾ ਹੈ ਕਿ ਹਾਂ ਹੁਣ ਹੋ ਗਿਆ ਅੱਛਾ ਉਹੀ ਸਟਾਰ ਕਾਸਟ ਆ ਰਹੀ ਹੈਗੀ ਉਹੀ ਡਾਇਰੈਕਟਰ ਹੈਗੇ ਨੇ ਤੇ ਇਹ ਮੂਵੀ ਤਾਂ ਅਸੀਂ ਦੇਖਣ ਜਾਣੀ ਹੈ ਕਿਉਂਕਿ ਕਿਤੇ ਨਾ ਕਿਤੇ ਰਿਲੇਟ ਜਿਹੜਾ ਉਹ ਕਰਦੀ ਹੋਏਗੀ ਜੀ ਅੱਛਾ ਐਮੀ ਜਿਵੇਂ ਕਿ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਟ੍ਰੇਲਰ ਪਹਿਲਾਂ ਆਉਂਦਾ ਹੈ ਫਿਰ ਜਾ ਕੇ ਗਾਣੇ ਹੁੰਦੇ ਨੇ ਪਰ ਇਹਦੇ ਗਾਣੇ ਪਹਿਲਾਂ ਆਏ ਹੈ ਨਾ ਉਹ ਆਲਰੇਡੀ ਸੁਪਰ ਹਿੱਟ ਹੋ ਗਏ ਕਿਤੇ ਨਾ ਕਿਤੇ ਸਟ੍ਰੈਟੇਜੀ ਹੁੰਦੀ ਹੈ ਕਿ ਮਿਊਜ਼ਿਕ ਪਹਿਲਾਂ ਹਿੱਟ ਕਰਦੀ ਹੈ ਕਿਉਂਕਿ ਜਿਸ ਮੂਵੀ ਦਾ ਮਿਊਜ਼ਿਕ ਹਿੱਟ ਹੈ ਤਾਂ ਮੂਵੀ ਆਪਣੇ ਆਪ ਹਿੱਟ ਹੋ ਹੀ ਜਾਂਦੀ ਹੈ ਇਹਨੇ ਸਾਡਾ ਭਰਾ ਵੱਡਾ ਜਗਦੀਪ ਜਿਹਨੇ ਫਿਲਮ ਡਾਇਰੈਕਟ ਕੀਤੀ ਲਿਖੀ ਆ ਉਹਨੂੰ ਮਤਲਬ ਇਹ ਹੁੰਦਾ ਵੀ ਇੱਕ ਅੱਧਾ ਮੈਂ ਗੀਤ ਪਹਿਲਾਂ ਕਰਦਾ ਮਤਲਬ 40 ਕੁ ਦਿਨ ਪਹਿਲਾਂ ਗੀਤ ਕਰ ਲਈਏ ਇੱਕ ਜਾਂ 35 ਕੁ ਦਿਨ ਪਹਿਲਾਂ ਇੱਕ ਗੀਤ ਕਰ ਲਈਏ ਤੇ ਉਹ ਇੱਕ ਗੀਤ ਸਾਡਾ ਸਟ੍ਰੈਟਜੀ ਸੀਗੀ ਪਹਿਲਾਂ ਗਾਣਾ ਕਬੂਲ ਆ ਰਿਲੀਜ਼ ਕਰਨਾ ਫਿਰ ਉਦੋਂ ਮੁੜ ਕੇ ਟ੍ਰੇਲਰ ਰਿਲੀਜ਼ ਕਰਨਾ ਸੀ ਫਿਰ ਟ੍ਰੇਲਰ ਠੀਕ ਨਹੀਂ ਸੀ ਕੱਟਿਆ ਗਿਆ ਅਤੇ ਉਹਨਾਂ ਨੇ ਮਤਲਬ ਜਿਹੜੇ ਟ੍ਰੇਲਰ ਕੱਟਦੇ ਉਹਨਾਂ ਨੇ ਕਿਹਾ ਸੀ ਵੀ ਕੱਟੋ ਉਹਨਾਂ ਨੇ ਕੱਟ ਕੇ ਭੇਜਿਆ ਉਹ ਠੀਕ ਨਹੀਂ ਸੀ ਅਤੇ ਉਹ ਟ੍ਰੇਲਰ ਠੀਕ ਕਰਨ ਦੇ ਚੱਕਰ 'ਚ 10 ਦਿਨ ਡੀਲੇ ਹੋ ਗਿਆ ਕੰਮ ਅਤੇ ਫਿਰ 10 ਦਿਨ ਤੁਸੀਂ ਕੁਛ ਨਾ ਕੁਛ ਤਾਂ ਤੁਹਾਨੂੰ ਫਿਲਮ ਦਾ ਪਾਉਣਾ ਪੈਣਾ ਰਾਈਟ ਅਤੇ ਉਹ ਫਿਰ ਦੋ ਗਾਣੇ ਜਿਹੜੇ ਮਤਲਬ ਸਾਡੀ ਸਟ੍ਰੈਟਜੀ ਨਹੀਂ ਸੀ ਅਤੇ ਉਹ ਟ੍ਰੇਲਰ ਠੀਕ ਕਰਨ ਦੇ ਚੱਕਰ 'ਚ ਦੋ ਗਾਣੇ ਪਹਿਲਾਂ ਰਿਲੀਜ਼ ਕੀਤੇ ਅਤੇ ਲੱਕੀਲੀ ਉਹ ਮਤਲਬ ਮਿਊਜ਼ਿਕ ਤਾਂ ਸਾਰੀ ਫਿਲਮ ਦਾ ਹੀ ਬਹੁਤ ਵਧੀਆ ਅਤੇ ਸਾਨੂੰ ਪਤਾ ਵੀ ਸੀਗਾ ਵੀ ਲੋਕਾਂ ਨੂੰ ਪਸੰਦ ਆਉਣਾ ਹੈ ਬਿਕੋਜ਼ ਮਿਹਨਤ ਕੀਤੀ ਆ ਜਾਨੀ ਵੀ ਪ੍ਰੈਕ ਨੇ ਇੰਨਾ ਸੋਹਣਾ ਕੰਮ ਕੀਤਾ ਉਹਦੇ 'ਚ ਅਤੇ ਉਹ ਪਹਿਲਾਂ ਗਾਣੇ ਰਿਲੀਜ਼ ਕੀਤੇ ਅਤੇ ਉਹ ਫਿਲਮ ਦਾ ਬਸ ਵਧੀਆ ਬਣ ਗਿਆ ਅਤੇ ਬਾਕੀ 50% ਕੰਮ ਕਰਦਾ ਜੀ ਟ੍ਰੇਲਰ ਲੋਕੀ ਟ੍ਰੇਲਰ ਵੇਖ ਕੇ ਫਿਲਮ ਵੇਖਣ ਜਾਂਦੇ ਅਤੇ ਫਿਰ ਉਹ ਟ੍ਰੇਲਰ ਨੇ ਆਪਣਾ ਕੰਮ ਕੀਤਾ ਅਗੇ ਉਹ ਮੇਰੇ ਖਿਆਲ 15-18 ਦਿਨ ਪਹਿਲਾਂ ਮੇਰੇ ਖਿਆਲ ਰਿਲੀਜ਼ ਕੀਤਾ ਹੁਣ ਮੇਰੇ ਯਾਦ ਨਹੀਂ 15 ਕੁ ਦਿਨ ਪਹਿਲਾਂ ਰਿਲੀਜ਼ ਹੋਇਆ ਸੀਗਾ ਟ੍ਰੇਲਰ ਹਫ਼ਤਾ ਕੁ ਹੋ ਗਿਆ ਹੋਵੇ ਇਹਨੂੰ 10 ਦਿਨ ਹੋ ਗਏ ਅਤੇ ਉਸ ਤੋਂ ਬਾਅਦ 'ਚ ਗਾਣਾ ਅੰਮੀ ਰਿਲੀਜ਼ ਹੋਇਆ ਚੰਨਾ ਵੀ ਰਿਲੀਜ਼ ਹੋਇਆ ਹੁਣ ਇੱਕ ਗਾਣਾ ਉਹਦੀ ਥੋੜ੍ਹਾ ਕਲਾਈਮੈਕਸ ਰਿਵੀਲ ਹੁੰਦਾ ਉਹ ਅਸੀਂ ਮੇਰੇ ਖਿਆਲ ਕੱਲ੍ਹ ਰਿਲੀਜ਼ ਹੈ ਕੱਲ੍ਹ ਜਾਂ ਪਰਸੋਂ ਤੱਕ ਜੀ ਸੋ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਪਰ ਮੈਂ ਇਹਨੂੰ ਕੱਲ੍ਹ ਲਵਾਂ ਬ੍ਰੇਕ ਮੈਂ ਤੁਸੀਂ ਇੱਕ ਛੋਟਾ ਜਿਹਾ ਬ੍ਰੇਕ ਲਈ ਹੋ ਤੇ ਮੈਨੂੰ ਘਰ ਛੱਡ ਕੇ ਆਈ ਮੈਂ ਜਾਂਦਾ ਨਾਲ ਤੁਹਾਡੇ ਮੈਂ ਚੱਲਦਾ ਨਾਲ ਇਹਨੂੰ ਚੱਕ ਕੇ ਛੱਡ ਕੇ ਆਉਂਦੇ ਹਾਂ ਤੇ ਤੁਸੀਂ ਓਨੀ ਦੇਰ ਇੱਕ ਛੋਟੀ ਜਿਹੀ ਬ੍ਰੇਕ ਲਓ ਜੀ ਤੇ
अच्छा एमी जिवें कि तुसी हर मूवीज़ दे विच अलग अलग रोल किया, हुण तो बॉलीवुड भी जाए उहदे बारे भी आपां गलबात करांगे, पर किते ना किते हर कोई काम तो करना पैंदा रोल च ढलन वास्ते, है ना? किद्दां हुण तुसी इस मूवी दे लई खास करके किद्दां प्रिपेयर किया अपने आप नूं? जगदीप ने पहला भी गल की, मेरा वड्डा भरा है, तो ना सत अठ फिल्म कर लिया, जानते मैं चंगी तरह, तो जिमें है मोस्टली उम्मी लिखता जी जी भी एक तो करैक्टर का नेचर जहाँ चलो होंगे ही है, कोई बल बबली जहाँ होंगे चुलबुला जहाँ होंगे बंदा, तो बाकी ने किमें जो बोलना उन्होंने पता है, तो उन्हें किमें जो लिखना मैंने पता है, तो वो मतलब हैगी अंडरस्टैंडिंग जो उस हिसाब न लिखता, तो बाकी इस करैक्टर के मेरे लिए एक्सट्राऑर्डनरी मतलब कि मैं एफर्ट नहीं करना पाया, कुछ ज़्यादा एफर्ट नहीं करना पाया, मैं तो वैसे भी नहीं करता जी, मैं हरेक चीज़ तुम पहली फिल्म तो लैके हूँ तक देखे हूँ 17-18 फिल्म हो गई, मैं जिन्ना होंगे जी मैक्स नॉर्मल जी रखदा काम, जिम्मे 83 अपनी 83 चलो हिंदी फिल्म सी वो क्रिकेट की फिल्म है वो, तो हरजीता सी वो मेहनत करनी पई, या वो जी बोझा सा एक दूजी हिंदी फिल्म वो मेहनत करनी पी, उन्होंने काइंड ऑफ भी मैं उदा का नैचुरल है नहीं गा, तो मैंने वो परफॉर्म चीज़ा करनी पी, बाकी तो सारे मैं पंजाबी बोली है जी, नॉर्मल एक 17 मुंडिया के करैक्टर किए ने, मेजोरिटी वाले जोड़े होंगे ने अपना, बस किसी की 2 किले जमीन घट होंगी किसी की वध होंगी, मैं करैक्टर परफॉर्म किए ने, सो मेरे लिए कुछ मतलब ਵੱਡਾ ਨਹੀਂ ਸੀਗਾ ਕੁਛ, ਤੇ ਇੱਧਰ ਜਨਾਬ ਉਹਨਾਂ ਦਾ ਸੀਗਾ, ਇਹ ਥੋੜੇ ਅਮੀਰ ਘਰੋਂ ਨੇ, ਤੇ ਇਹ ਮਤਲਬ ਇਹਨਾਂ ਨੇ ਆਪਣਾ ਉਹਦੇ 'ਚ ਖੇਤਾਂ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਦਾ ਰੋਲ ਕੀਤਾ। ਨਹੀਂ ਹਾਂ ਮੈਂ ਵੀ ਉਹੀ ਪੁੱਛਣ ਵਾਲੀ ਕਿ ਅਬਰੋਡ 'ਚ ਤੁਸੀਂ ਪਲੇ ਬੜੇ ਹੋ, ਹੈ ਨਾ, ਇੱਥੇ ਆ ਕੇ ਬਿਲਕੁਲ ਹੀ ਇੱਕ ਖੇਤਾਂ 'ਚ ਕੰਮ, ਕਪਾਹ ਨਰਮਾ ਬਿਲਕੁਲ ਦੇਸੀ ਅੰਦਾਜ਼, ਹੈ ਨਾ, ਅਤੇ ਕਿੰਨਾ ਕੁ ਮਿਹਨਤ ਕਰਨੀ ਪਈ ਇਹਦੇ ਲਈ? ਨਹੀਂ ਮੈਂ ਇੰਡੀਆ 'ਚ ਪਲੀ ਵਧੀਆ, ਮੈਂ ਬਾਹਰ ਸਵਿਚ ਹੋ ਗਿਆ, ਇਟਸ ਬਿਨ ਮੈਨੀ ਈਅਰਸ, ਬਟ ਹੈਗਾ ਕਿ ਜੇ ਮੈਂ ਇੰਡੀਆ 'ਚ ਵੀ ਰਹੀ ਸੀ ਤਾਂ ਮੇਰਾ ਸ਼ਹਿਰ ਦਾ ਬਰੋਟਅਪ ਸੀ, ਮੈਂ ਪਿੰਡਾਂ 'ਚ ਰਹੀ ਨਹੀਂ ਅਤੇ ਪਿੰਡਾਂ 'ਚ ਨਾ ਘਰ ਕਦੀ ਕਿਸੇ ਨੂੰ ਵੇਖਿਆ ਇੱਦਾਂ ਕੰਮ ਕਰਦੇ, ਉਹ ਟੋਟਲੀ ਡਿਫਰੈਂਟ ਸਨੈਰੀਓ ਹੈ ਮੇਰੇ ਨਾਲ ਜੋ ਮੈਂ ਹੈਗੀ ਹਾਂ ਅਤੇ ਜੋ ਉਹ ਕਰੈਕਟਰ ਹੈਗਾ, ਸੋ ਉਹਨਾਂ ਦਾ ਉੱਠਣਾ ਬਹਿਣਾ ਡਿਫਰੈਂਟ ਹੈ, ਖਾਣਾ ਪੀਣਾ ਲਾਈਫ ਸਟਾਈਲ ਹੀ ਟੋਟਲ ਡਿਫਰੈਂਟ ਹੈ ਜੋ ਮੈਂ ਨਹੀਂ ਵੇਖਿਆ, ਸੋ ਉਹ ਲਾਈਫ ਸਟਾਈਲ ਅਡੈਪਟ ਕਰਨ ਲਈ ਥੋੜ੍ਹਾ ਔਖਾ ਸੀ, ਬਟ ਮੈਂ ਮੂਵੀ ਤੋਂ ਪਹਿਲੇ ਉੱਥੇ ਪਿੰਡ 'ਚ ਜਾ ਕੇ ਵੇਖਿਆ ਕਿ ਕੁੜੀਆਂ ਕਿਵੇਂ ਰਹਿ ਰਹੀਆਂ ਨੇ, ਕੀ ਕੰਮ ਕਰਦੀਆਂ ਸਾਰਾ ਦਿਨ, ਉਹਨਾਂ ਦਾ ਬਹਿਣਾ ਕਿੱਦਾਂ, ਤੁਰਨਾ ਫਿਰਨਾ ਹੱਸਣਾ ਸਭ ਕਿੱਦਾਂ, ਸੋ ਉਹ ਡਿਫਰੈਂਟ ਚੀਜ਼ਾਂ ਜਿਹੀਆਂ ਵੇਖ ਕੇ ਅਡੈਪਟ ਕੀਤੀਆਂ, ਸੋ ਇਸ ਕਿ ਮੈਂ ਕਰੈਕਟਰ ਵਧੀਆ ਪਰਫੋਰਮ ਕਰ ਸਕਾਂ, ਐਂਡ ਫਾਈਨਲੀ ਉਹ ਲੁੱਕ ਲੈ ਕੇ ਉਹ ਪਰਫੋਰਮੈਂਸ ਕਰਕੇ ਮੈਨੂੰ genuinely ਬਹੁਤ ਸੈਟਿਸਫੈਕਸ਼ਨ ਹੈ ਕਿ ਇੱਕ ਡਿਫਰੈਂਟ ਬੀਇੰਗ ਐਨ ਆਰਟਿਸਟ ਕੁਛ ਡਿਫਰੈਂਟ ਅਟੈਂਪਟ ਕੀਤਾ। ਬਿਲਕੁਲ, ਅੱਛਾ ਲੁੱਕ ਦੀ ਗੱਲ ਕਰੀਏ, ਲੁੱਕ ਬਿਲਕੁਲ ਡਿਫਰੈਂਟ ਹੈ, ਹੈ ਨਾ, ਸਕਿਨ ਦੇ ਨਾਲ ਵੀ ਬਹੁਤ ਐਕਸਪੈਰੀਮੈਂਟ ਹੋਇਆ, ਔਰ ਜਦੋਂ ਵੀ ਕਿਸੇ ਹੀਰੋਇਨ ਨੂੰ ਖਾਸ ਕਰਕੇ ਮੂਵੀ ਔਫਰ ਹੁੰਦੀ ਤਾਂ ਹੁੰਦਾ ਕਿ ਅਸੀਂ ਸਕਰੀਨ 'ਤੇ ਸੋਹਣੇ ਦਿਖੀਏ, ਹੈ ਨਾ, ਵੀ ਆਈਏ, ਅਤੇ ਜਦੋਂ ਤੁਹਾਨੂੰ ਇਸ ਲੁੱਕ ਬਾਰੇ ਦੱਸਿਆ ਗਿਆ ਤਾਂ ਕੀ ਸੀ ਐਕਸਾਈਟਮੈਂਟ, ਜਾਂ ਕਿਤੇ ਨਾ ਕਿਤੇ ਹੈ ਸੀ ਨਹੀਂ ਵੀ ਮੈਂ ਇੱਦਾਂ ਦਾ ਲੁੱਕ ਨਹੀਂ ਲੈਣਾ, ਅੱਛਾ ਲੁੱਕ ਹੀ ਹੋਵੇ ਕੋਈ? ਨਹੀਂ, ਮੈਨੂੰ ਐਕਸਾਈਟਮੈਂਟ ਸੀ ਟੂ ਬੀ ਓਨੈਸਟ, ਕਿਉਂਕਿ ਮੇਰੀ ਪਰਸਨਲ ਚੋਇਸ ਹੈ ਕਿ ਮੈਨੂੰ ਵੇਰੀਏਸ਼ਨ ਕਰਨ 'ਚ ਬਹੁਤ ਮਜ਼ਾ ਆਉਂਦਾ, ਇੱਕੋ ਵਰਗੀ ਚੀਜ਼ ਬੋਰਿੰਗ ਹੁੰਦੀ ਹੈ, ਸੋ ਮੈਨੂੰ ਲੱਗਦਾ ਐਕਸਪੈਰੀਮੈਂਟ ਕਰੋ, ਡੂ ਐਕਸਪੈਰੀਮੈਂਟ ਨੋਟ ਓਨਲੀ ਵਿਦ ਦੀ ਕੈਰੈਕਟਰ ਬਟ ਆਲਸੋ ਵਿਦ ਦ ਲੁੱਕਸ, ਸੋ ਇਸ ਕਰੈਕਟਰ ਦੀ ਫਸਟ ਆਫ ਆਲ ਰਿਕੁਆਇਰਮੈਂਟ ਸੀ, ਮੇਰਾ ਲੁੱਕ ਟੈਸਟ ਵੀ ਹੋਇਆ ਸੀ ਜਗਦੀਪ ਸਰ ਨੇ, 1 ਸਾਲ ਪਹਿਲੇ ਅਸੀਂ ਲੁੱਕ ਟੈਸਟ ਕੀਤਾ ਸੀ ਇਸ ਚੀਜ਼ ਦਾ, ਸੋ ਉਹ ਚੀਜ਼ 2-3 ਜਣਿਆਂ ਨੂੰ ਭੇਜੀ, ਐਮੀ ਨੂੰ ਵੀ ਭੇਜੀ ਸੀ, ਹੈ ਨਾ, ਕਿਉਂ ਨਹੀਂ ਭੇਜੀ, ਸੋ ਉਹ ਚੀਜ਼ਾਂ ਐਕਸੈਪਟੈਂਸ ਜੀ ਹੈਗੀ ਸੀ, ਫਿਰ ਅਸੀਂ ਇਸ ਚੀਜ਼ ਨੂੰ ਔਨ ਸਕਰੀਨ ਲੈ ਕੇ ਆਏ, ਮਤਲਬ ਕਈ ਪੁੱਛਦੇ ਨੇ ਕਿ ਹਾਂ ਕਿ ਡਾਊਟ ਹੋਏਗਾ ਕੋਈ ਕੁਛ, ਮੈਨੂੰ ਐਸਾ 'ਚ ਕੋਈ ਡਾਊਟ ਨਹੀਂ, ਬਿਕੋਜ਼ ਮੇਰੀ ਪਰਸਨਲੀ ਥਿੰਕਿੰਗ ਹੈ ਕਿ ਜੇ ਤੁਹਾਡਾ ਕੰਮ ਵਧੀਆ, ਜੇ ਤੁਸੀਂ ਕੰਮ ਵਧੀਆ ਕਰ ਰਹੇ ਹੋ, ਜੇ ਤੁਹਾਡੀ ਨੇਚਰ ਵਧੀਆ, ਦੈਨ ਯੂ ਆਰ ਬਿਊਟੀਫੁਲ ਐਟ ਐਨੀ ਕੋਸਟ, ਸੋ ਉਹ ਕੁਛ ਵੀ ਹੋ ਜੇ, ਲੋਕ ਕਹਿੰਦੇ ਦਾਣੇ ਪਾਏ ਮੂੰਹ 'ਤੇ, ਫਰੈਕਲਸ ਪਏ ਨੇ, ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਬਟ ਇਫ ਯੂ ਆਰ ਬਿਊਟੀਫੁਲ, ਦਾਣੇ ਥੋੜ੍ਹੀ ਹੁੰਦੇ, ਦਾਗ ਹੁੰਦੇ, ਦਾਗ ਲਾ ਲਓ, ਜੋ ਕੁਛ ਵੀ ਹੈ, ਬੋਰੀਆਂ ਨਹੀਂ ਪਈਆਂ ਹੁੰਦੀਆਂ ਬੀਚ ਤੇ, ਉਹਨਾਂ ਦੇ ਮੂੰਹ ਤੇ ਹੋ ਜਾਂਦੇ, ਮੇਮਾ ਆਪਣੇ ਵਾਲੇ ਉੱਥੇ ਮਹਿੰਦੇ, ਸਿੱਧਾ ਕਹਦੇ ਵੀ ਉਹਨਾਂ ਦੇ ਹੁੰਦੇ ਜਿਆਦੇ, ਉਹ ਧੁੱਪੇ ਧੁੱਪੇ ਹੋ ਜਾਂਦੇ ਆ, ਉਹ ਬੀਚ ਤੇ ਜਾ ਕਰਾ ਲੈਂਦੇ ਆਪਣੇ ਇੱਥੇ ਕੰਮ ਕਰਕੇ ਇਹਨਾਂ ਦੇ ਹੋ ਜਾਂਦੇ, ਸੋ ਗੱਲ ਇਹ ਨਹੀਂ ਗੀ ਕਿ ਤੁਸੀਂ ਵਿਖਦੇ ਕਿੱਦਾਂ, ਗੱਲ ਹੈ ਤੁਸੀਂ ਇੰਟਰਨਲੀ ਕਿੰਨੇ ਸੋਹਣੇ ਹੋ, ਉਹ ਚੀਜ਼ ਤੁਹਾਡਾ ਔਰਾ ਬਣਾਉਂਦੀ, ਉਹ ਚੀਜ਼ ਤੁਹਾਨੂੰ ਰਿਫਲੈਕਟ ਕਰਦੀ, ਸੋ ਮੈਨੂੰ ਇਹ ਚੀਜ਼ ਮੈਟਰ ਨਹੀਂ ਕੀਤੀ, ਨਾ ਅੱਗੇ ਕਰੇ, ਬਹੁਤ ਸੋਹਣਾ ਦਿਖ ਰਹੇ ਹੋ, ਥੈਂਕ ਯੂ, ਬਿਲਕੁਲ ਥੋੜ੍ਹਾ ਚੇਂਜ ਲੁੱਕ ਹੈ ਔਰ ਬਹੁਤ ਸੋਹਣਾ। ਅੱਛਾ ਐਵੇਂ ਜਿਵੇਂ ਕਿ ਤੁਸੀਂ ਹੁਣੇ ਆਪ ਹੀ ਕਿਹਾ ਕਿ ਮੈਂ ਆਲਮੋਸਟ ਜਿੱਦਾਂ ਦਾ ਕੰਫਰਟ ਜ਼ੋਨ ਆ, ਜਾਂ ਜਿੱਦਾਂ ਦਾ ਮੈਂ ਖੁਦ ਆ, ਉੱਦਾਂ ਦੇ ਹੀ ਰੋਲ ਜਿਹੜੇ ਨੇ ਮਿਲਦੇ ਨੇ, ਔਰ ਬੜਾ ਚੁਲਬੁਲਾ ਜਿਹਾ ਹਮੇਸ਼ਾ ਕਿਰਦਾਰ ਹੁੰਦਾ, ਅਤੇ ਪੰਜਾਬੀ ਮੂਵੀਜ਼ 'ਚ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਲੁੱਕਸ ਦੇ ਨਾਲ ਐਕਸਪੈਰੀਮੈਂਟ ਕਰਨਾ, ਕਿਰਦਾਰ ਦੇ ਨਾਲ ਐਕਸਪੈਰੀਮੈਂਟ ਕਰਨਾ, ਅਤੇ ਤੁਸੀਂ ਕਿੰਨਾ ਕੁ ਕਰੋਗੇ? ਮੈਨੂੰ ਲੱਗਦਾ ਜਿੰਨਾ ਐਮੀ ਨੇ ਐਕਸਪੈਰੀਮੈਂਟ ਕੀਤਾ ਸੀ ਹਰਜੀਤ 'ਚ, ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਹਾਂ ਬਿਲਕੁਲ, ਸੋ ਬਿਲਕੁਲ, ਇਹ ਤਾਂ ਹੁਣ 83 ਆਏਗੀ, ਹੁਣ ਗੁਰ ਜਾਏਗੀ, ਭਾਰ ਆ ਇੰਨਾ ਮੈਂ ਘਟਾ ਲਿਆ ਸੀ। ਹਾਂ ਹਰਜੀਤ ਦਾ ਟਾਈਮ ਦੇਖਿਆ ਬਾਈ, ਉਹ ਐਕਸਪੈਰੀਮੈਂਟ ਔਰ ਉਹ ਲੁੱਕ, ਚਲੋ ਬਾਕੀ ਤੁਸੀਂ ਦੱਸ ਦੋ ਕੀ ਕਰੋਗੇ। ਬਸ ਤਾਂ ਮੈਂ ਹਰਜੀਤ ਦੀ ਗੱਲ ਕਰਨ ਲੱਗਿਆ, ਹਾਂ, ਤੇ ਮੈਂ ਉਹ ਪਤਾ ਕੀ ਅਸਲ ਗੱਲ ਹੈ ਜੀ, ਸਮਾਂ ਚਾਹੀਦਾ ਉਹ ਚੀਜ਼ ਲਈ, ਤੇ ਦਲੇਰ ਪ੍ਰੋਡਿਊਸਰ ਚਾਹੀਦਾ, ਦਲੇਰ ਰਾਈਟਰ ਚਾਹੀਦਾ, ਬਿਲਕੁਲ,
ਤੁਸੀਂ ਆਫ ਦਾ ਟਰੈਕ ਜਾ ਕੇ ਕੁਛ ਨਾ ਕੁਛ ਕਰਨਾ ਹੈ ਤੇ ਬਜਟ ਵੱਡਾ ਹੋਊਗਾ ਉਸ ਚੀਜ਼ ਦਾ, ਰਾਈਟ? ਆ ਅਸੀਂ ਜਿਹੜੀਆਂ ਫਿਲਮਾਂ ਕਰਦੇ ਹਾਂ ਇਹ ਅਸੀਂ ਸਾਰਾ ਕੁਛ ਵੇਖ ਕੇ ਕਰਦੇ ਹਾਂ ਵੀ ਲੋਕਾਂ ਨੂੰ ਪਸੰਦ ਵੀ ਆਉਣ, ਫੈਮਿਲੀਜ਼ ਵੀ ਇਨਵੋਲਵ ਹੋਣ ਉਸ ਚੀਜ਼ ਦੇ ਵਿੱਚ, ਅਤੇ ਬਾਕੀ ਬਜਟ ਵੀ ਪੂਰਾ ਪੂਰਾ ਰੱਖਣਾ ਪੈਂਦਾ। ਉਹ ਫਿਲਮ ਕੀਤੀ ਹਰਜੀਤਾ, ਫਿਲਮ ਦਾ ਬਜਟ ਜ਼ਿਆਦਾ ਸੀ, ਹੈ ਨਾ, ਸਾਡੀਆਂ ਫਿਲਮਾਂ ਨਾਲ ਆਲਮੋਸਟ 30-40% ਬਜਟ ਜ਼ਿਆਦਾ ਮੇਰਾ, ਇੱਕ ਸਾਲ ਮੈਂ ਫਿਲਮ ਨੂੰ ਦਿੱਤਾ ਅਤੇ ਫਿਲਮ ਪਤਲਾ ਹੋਇਆ, ਮਿਹਨਤ ਕੀਤੀ, ਸਾਰਾ ਕੁਛ ਕੀਤਾ, ਥੱਲੇ ਫਿਰ ਵੀ ਵਿੱਚ ਅੱਧੇ ਹੁੰਦੇ ਕਿ ਚੱਲ ਕੋਈ ਗਲਤੀਆਂ ਕੱਢਣ ਨੂੰ ਜੰਮੇ, ਆਉਂਦੇ ਤੂੰ ਨਸ਼ੇ ਪੱਤੇ ਕਰਨ ਲੱਗ ਪਿਆ, ਪਤਲਾ ਹੋ ਗਿਆ। ਮੈਂ ਕਿਹਾ ਮੰਮਾ ਮੈਂ ਦੁਪਹਿਰੇ 1.5-1.5 ਘੰਟਾ ਮੈਂ ਜਿੰਮ ਲਾਉਣਾ, ਸ਼ਾਮ ਨੂੰ 2.5-3 ਘੰਟੇ ਮੈਂ ਨੱਠਦਾ ਗਰਾਊਂਡ 'ਚ ਹਾਕੀ ਖੇਡਦਾ ਜਾਂ ਸਿੱਖਦਾ, ਚਲੋ ਖੇਡਦਾ ਤਾਂ ਕੀ ਸਿੱਖਦਾ ਸੀਗਾ ਹਾਕੀ, ਹੈ ਨਾ, ਅਤੇ ਥੋੜ੍ਹੀ ਬਹੁਤੀ ਸਿੱਖੀ ਗਈ ਸੀ ਜਿੰਨੀ ਕੁ ਮਤਲਬ ਐਕਟਿੰਗ ਕਰਨ ਯੋਗੀ ਆ ਗਈ, ਅਤੇ ਮੈਂ ਕ੍ਰਿਟੀਸਾਈਜ਼ ਵੀ ਕੀਤਾ। ਚਲੋ ਮੈਂ ਕ੍ਰਿਟੀਸਾਈਜ਼ ਨਹੀਂ, ਮੇਰੇ ਲਈ ਮੈਟਰ ਕਰਦਾ ਵੀ ਮੈਨੂੰ ਕੋਈ ਗਲਤ ਕਹਿ ਦੂਗਾ, ਉਹ ਤਾਂ ਮੈਨੂੰ ਪਤਾ ਮੈਂ ਗਲਤ ਸਹੀ ਮੈਂ ਹਾਂ, ਮੈਂ ਕਿ ਆਪਾਂ ਕਿਸੇ ਬੰਦੇ ਤੋਂ ਕੀ ਲੈਣਾ, ਕੋਈ ਤੁਹਾਡੇ ਬਾਰੇ ਕੀ ਸੋਚਦਾ ਬੋਲਦਾ, ਅਤੇ ਫਿਰ ਉਸ ਤੋਂ ਬਾਅਦ 'ਚ ਫਿਲਮ ਨੇ ਵਰਕ ਨਹੀਂ ਕੀਤਾ ਅਸਲ, ਫਿਲਮ ਦਾ ਬਾਕਸ ਆਫਿਸ ਠੀਕ ਨਹੀਂ ਸੀ, ਐਪਰੀਸ਼ੀਏਟ ਹੋਈ ਬਾਅਦ 'ਚ, ਨੈਸ਼ਨਲ ਅਵਾਰਡ ਵੀ ਮਿਲਿਆ ਅਤੇ ਸਾਨੂੰ ਖੁਸ਼ੀ ਵੀ ਹੋਈ ਉਸ ਚੀਜ਼ ਦੀ, ਵੀ ਮਿਹਨਤ ਰਾਸ ਆਈ ਆ, ਬਟ ਪ੍ਰੋਡਿਊਸਰਾਂ ਦਾ ਇੰਨਾ ਪੈਸਾ ਲੱਗਿਆ ਜੀ, ਅਤੇ ਇੰਨੇ ਜੋਗਾ ਜੇ ਮੈਂ ਵੀ ਨਹੀਂ ਵੀ ਮੈਂ ਉਹਨਾਂ ਦੇ ਮੋੜਦਾ, ਪਰ ਮੇਰੀ ਮਤਲਬ ਮੇਰੀ ਦਿਲੀ ਤਮੰਨਾ ਹੈ ਵੀ ਅਸੀਂ ਉਹਨਾਂ ਨਾਲ ਫਿਲਮ ਕਰੀਏ ਅਤੇ ਉਹਨਾਂ ਦੇ ਕੁਛ ਕਰਨ ਲਾ ਕੇ ਦੇਈਏ, ਕਿਉਂਕਿ ਉਹਨਾਂ ਨੇ ਕੋਈ ਹਰ ਬੰਦਾ ਮਤਲਬ ਐਡਾ ਦਲੇਰ ਨਹੀਂ ਹੁੰਦਾ ਵੀ ਐਡੇ ਵੱਡੇ ਸਬਜੈਕਟ 'ਤੇ ਜਾਂ ਐਡੇ ਮਤਲਬ ਰਿਸਕੀ ਸਬਜੈਕਟ 'ਤੇ ਕੋਈ ਪੈਸਾ ਲਾਵੇ, ਦਲੇਰ ਬੰਦਾ ਲਾਉਂਦਾ, ਤਾਂ ਸਾਡੀ ਪੂਰੀ ਰੀਝ ਆ ਵੀ ਜਦੋਂ ਵੀ ਸਾਡਾ ਅਗਾਂਹ ਟਾਈਮ ਲਾਦਾ, ਜਦੋਂ ਦੋਵਾਂ ਤਿੰਨ ਜਣਿਆਂ ਕੋਲ ਹੁੰਦਾ, ਮੇਰੇ ਕੋਲ, ਦਾਦੂ ਕੋਲ, ਜੱਗੀ ਕੋਲ, ਸਾਡੇ ਕੋਲ ਟਾਈਮ ਹੁੰਦਾ, ਅਸੀਂ ਡੈਫੀਨੇਟਲੀ ਉਹਨਾਂ ਨਾਲ ਫਿਲਮ ਕਰਾਂਗੇ, ਅਤੇ ਬਾਕੀ ਐਕਸਪੈਰੀਮੈਂਟ ਤਾਂ ਮੈਂ ਭੱਜ ਕੇ ਕਰੂੰਗਾ ਜੀ, ਬਟ ਹੋਵੇ ਕੁਛ ਕਰਨ ਨੂੰ। ਬਿਲਕੁਲ, ਕਿਤੇ ਨਾ ਕਿਤੇ ਹੁੰਦਾ ਨਹੀਂ, ਜਿਵੇਂ ਤੁਸੀਂ ਕਿਹਾ ਹਰਜੀਤ ਤਾਂ ਬਹੁਤ ਸੋਹਣੀ ਮੂਵੀ ਸੀ, ਪਰ ਕਿਤੇ ਨਾ ਆਪਾਂ ਹਮੇਸ਼ਾ ਕਹਿ ਦਿੰਦੇ ਹਾਂ ਕਿ ਇੱਕੋ ਹੀ ਜ਼ੋਨ ਦੀਆਂ ਮੂਵੀਜ਼ ਆਉਂਦੀਆਂ ਨੇ, ਪਰ ਆਡੀਅੰਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਆਡੀਅੰਸ ਵੀ ਉਹੀ ਸ਼ਾਇਦ ਮੂਵੀਜ਼ ਦੇਖਣਾ ਚਾਹੁੰਦੀ, ਉਹਨਾਂ ਨੂੰ ਹੁੰਦਾ ਪੰਜਾਬੀ ਮੂਵੀ ਦੇਖਣ ਜਾਣਾ, ਜਿੱਦਾਂ ਕਿਸਮਤ ਹੈ, ਇਮੋਸ਼ਨ ਸੀਗੇ ਨਾਲ ਨਾਲ ਹੱਸੇ ਵੀ ਨੇ ਲੋਕ, ਹੈ ਨਾ, ਕਿਸਮਤ ਵਰਗੀ ਆਪਾਂ ਇੱਕ ਵੀ ਨਹੀਂ ਐਗਜ਼ਾਮਪਲ ਦੱਸ ਸਕਦੇ। ਬਿਲਕੁਲ ਬਿਲਕੁਲ, ਸੋ ਮੈਂ ਗੱਲ ਕਰਾਂਗੀ, ਪਰ ਬ੍ਰੇਕ ਦਾ ਵੇਲਾ ਹੋ ਗਿਆ, ਸੋ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਛੇਤੀ ਛੇਤੀ ਵਾਪਸ ਆਏ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਜੀ, ਸੁਪਨਾ ਮੂਵੀ ਦੀ ਸਟਾਰਕਾਸਟ ਮੇਰੇ ਨਾਲ ਹੈ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਅਤੇ ਹਜੇ ਵੀ ਬਹੁਤ ਗੱਲਾਂ ਬਾਕੀ ਨੇ ਜੋ ਕਿ ਆਪਾਂ ਇਸ ਸੈਗਮੈਂਟ ਦੇ ਵਿੱਚ ਕਰਾਂਗੇ, ਅਤੇ ਸਵਾਗਤ ਕਰ ਲੈਂਦੇ ਇੱਕ ਵਾਰ ਫਿਰ ਤੋਂ, ਵੈਲਕਮ ਹੈ ਜੀ। ਸੋ ਐਮੀ, ਜਿਵੇਂ ਕਿ ਮੈਂ ਸਕ੍ਰਿਪਟ ਦੀ ਗੱਲ ਕਰਨਾ ਚਾਹੁੰਦੀ ਸੀ ਕਿ ਹੁਣ ਜਦੋਂ ਤੁਸੀਂ ਕੋਈ ਮੂਵੀ ਚੂਜ਼ ਕਰਦੇ ਹੋ, ਹੈ ਨਾ, ਕਿਤੇ ਨਾ ਕਿਤੇ ਇਹ ਹੁੰਦਾ ਕਿ ਇਹ ਡਾਇਰੈਕਟਰ, ਇਹ ਰਾਈਟਰ ਨੋਨ ਹੈ, ਅੱਛੀ ਮੂਵੀ ਹੀ ਲਿਖੇਗਾ, ਜਾਂ ਫਿਰ ਤੁਹਾਡਾ ਵੀ ਕੁਛ ਪਾਰਟ ਹੁੰਦਾ ਹੈ ਕਿ ਜਦੋਂ ਸਕ੍ਰਿਪਟਿੰਗ ਹੁੰਦੀ ਹੈ ਅਤੇ ਨਾਲ ਦੀ ਨਾਲ ਕੁਛ ਕੰਟਰੀਬਿਊਸ਼ਨ ਦਿੰਦੇ ਹੋ ਆਪਣੀ? ਜੱਗੀ ਵੀ ਉਹਨਾਂ ਦੇ ਮਾਮਲੇ 'ਚ ਨਹੀਂ ਦਿੰਦਾ ਜੀ ਕੰਟਰੀਬਿਊਸ਼ਨ ਕੋਈ, ਬਿਕੋਜ਼ ਉਹ ਗੱਲ ਹੁੰਦੀ ਨਾ ਜਿਹਦੇ ਨਾਲ ਜਿਹਨੂੰ ਤੁਹਾਡੇ ਤੋਂ ਵੱਧ ਕੰਮ ਆਉਂਦਾ ਹੋਵੇ ਉਹਨੂੰ ਸਲਾਹ ਨਹੀਂ ਦੇਣੀ ਚਾਹੀਦੀ। ਹਾਂ, ਜੋ ਤੁਹਾਨੂੰ ਗੱਲ ਲੱਗੇ ਖਟਕਤੇ ਹੋਵੇ ਤੁਹਾਡੇ ਦਿਮਾਗ 'ਚ ਹੋਵੇ ਉਹਨੂੰ ਪੁੱਛ ਲਓ ਇੱਕ ਵਾਰੀ ਵੀ ਆਹ ਚੀਜ਼ ਇੱਦਾਂ ਹੋ ਸਕਦੀ ਹੈ, ਦੱਸ ਦੇ। ਅਤੇ ਅੰਬਰ ਭਾਅ ਜੀ ਹੋ ਗਏ ਜਾਂ ਮਤਲਬ ਜੱਗੀ ਵੀਰਾ ਹੋ ਗਿਆ, ਅਤੇ ਜੇ ਮੈਂ ਇਹਨਾਂ ਨਾਲ ਫਿਲਮ ਕਰਦਾ ਮੈਂ ਸੁਣਦਾ ਵੀ ਨਹੀਂ ਗਾ ਸਕ੍ਰਿਪਟ, ਬਿਕੋਜ਼ ਉਹਨਾਂ ਨੂੰ ਮੇਰੇ ਤੋਂ ਜ਼ਿਆਦਾ ਕੰਮ ਆਉਂਦਾ, ਉਹਨਾਂ ਨੇ ਪ੍ਰੂਵ ਕੀਤਾ, ਰਾਈਟ? ਜੇ ਉਹਨਾਂ ਦੇ ਕੰਮ 'ਚ ਟੰਗ ਅੜਾਈ ਜਾਓ, ਨਿੰਨੋ ਲਈ ਜਾਓ, ਆਹ ਦੱਸ ਮੈਨੂੰ, ਆਹ ਦੱਸ ਮੈਨੂੰ, ਆਹ ਕਿਵੇਂ ਕਰਾਂ ਕਿਵੇਂ, ਫਿਰ ਮੈਨੂੰ ਪਤਾ ਨਹੀਂ, ਮੈਨੂੰ ਐਂ ਲੱਗਦਾ ਵੀ ਮੈਂ ਪਤਾ ਨਹੀਂ ਆਇਆ ਕਿ ਇਰੀਟੇਟ ਕਰੂੰਗਾ ਇਹਨਾਂ ਨੂੰ, ਇਹਨਾਂ ਨੂੰ ਖਿੱਚ ਚੜੂ ਮੇਰੇ 'ਤੇ, ਮੈਨੂੰ ਐਂ ਲੱਗਦਾ ਰਹੇ, ਪਤਾ ਨਹੀਂ ਮੈਂ ਲਾਉਂਦਾ ਨਹੀਂ ਜ਼ਿਆਦਾ ਦਿਮਾਗ ਜੀ। ਅੱਛਾ, ਤਾਨੀਆ, ਤੁਹਾਡੀ ਕੀ ਕੰਡੀਸ਼ਨ ਹੁੰਦੀ ਹੈ ਜਦੋਂ ਕੋਈ ਮੂਵੀ ਆਫਰ ਹੁੰਦੀ ਹੈ ਤਾਂ ਉਹਨੂੰ ਚੂਜ਼ ਕਿਸ ਤਰੀਕੇ ਦੇ ਨਾਲ ਕਰਦੇ ਹੋ? ਮੈਂ ਚੂਜ਼ ਬਸ ਇਸ ਤਰੀਕੇ ਦੇ ਨਾਲ ਕਰਨੀ ਹੈ ਕਿ ਸਟੋਰੀ ਵਧੀਆ ਹੋਏ, ਸਟੋਰੀ ਕੁਛ ਮੈਸੇਜ ਗਿਵਿੰਗ ਹੋਏ, ਸਟੋਰੀ ਵੇਖਣ ਵਾਲੀ ਹੋਏ। ਸੋ ਬਸ ਇੱਕ ਇਹੀ ਕ੍ਰਾਈਟੀਰੀਆ ਹੈ, ਕਰੈਕਟਰ ਚਾਹੇ ਛੋਟਾ ਹੋਏ ਚਾਹੇ ਵੱਡਾ ਹੋਏ, ਜਿੰਨੀ ਮਰਜ਼ੀ ਸਕਰੀਨ ਸਪੇਸ ਹੋਏ, ਬਟ ਆਲ ਐਂਡ ਆਲ ਇੱਕ, ਦਿਸ ਇਜ਼ ਨੋਟ ਵਨ ਮੈਨ ਸ਼ੋਅ, ਦਿਸ ਇਜ਼ ਟੀਮ ਵਰਕ, ਇੱਥੇ ਸਾਰੀ ਟੀਮ ਦੀ ਮਿਹਨਤ ਲੱਗੀ ਹੁੰਦੀ ਹੈ। ਸੋ ਪੂਰੀ ਟੀਮ 'ਚ ਚਾਹੇ ਇੰਨਾ ਕੁ ਪਲੇ ਕਰੋ, ਬਟ ਸਟੋਰੀ ਵਧੀਆ ਹੋਏ, ਸੋ ਇਸ ਕਿ ਸਾਰਿਆਂ ਨੂੰ ਬੰਨ ਕੇ ਰੱਖੀ। ਬਿਲਕੁਲ, ਐਕਚੁਅਲੀ ਛਾਪ ਛੱਡ ਜਾਵੇ, ਜਿਵੇਂ ਹੁਣ ਕਿਸਮਤ ਦੇ ਵਿੱਚ ਤੁਹਾਡਾ ਰੋਲ ਛੋਟਾ ਸੀ, ਪਰ ਉਸ ਤੋਂ ਬਾਅਦ ਬੈਕ ਟੂ ਬੈਕ ਇੰਨੀਆਂ ਅੱਛੀ ਮੂਵੀਜ਼ ਜਿਹੜੀਆਂ ਆ ਰਹੀਆਂ, ਕਿਉਂਕਿ ਕਰੈਕਟਰ ਕਿਤੇ ਨਾ ਕਿਤੇ ਉਹ ਛਾਪ ਛੱਡ ਜਾਂਦਾ ਹੈ। ਅੱਛਾ, ਲੋਕੇਸ਼ਨਸ ਦੀ ਗੱਲ ਕਰੀਏ, ਹੈ ਨਾ, ਲੋਕੇਸ਼ਨ ਬਿਲਕੁਲ ਡਿਫਰੈਂਟ, ਮੈਨੂੰ ਲੱਗਦਾ ਕਿ ਹੁਣ ਅਸੀਂ ਕਦੀ ਪੰਜਾਬੀ ਮੂਵੀ 'ਚ ਨਰਮਾ ਕਪਾਹ ਇਹ ਚੀਜ਼ਾਂ ਦੇਖੀਆਂ ਹੀ ਨਹੀਂ, ਹੈ ਨਾ, ਕਿੱਦਾਂ ਚੂਜ਼ ਕੀਤਾ ਵੀ ਹਾਂ ਰਾਜਸਥਾਨ ਦੇ ਵਿੱਚ ਜਾ ਕੇ ਮੇਬੀ ਸ਼ੂਟ ਹੋਇਆ ਤਾਂ? ਹਾਂਜੀ, ਗੰਗਾਨਗਰ ਸ਼ੂਟ ਹੋਇਆ ਜੀ ਇਹ, ਅਤੇ ਕਪਾਹ ਦਾ ਆਈਡੀਆ ਵੀ ਜਗਦੀਪ ਦਾ ਸੀਗਾ, ਫਸਲਾਂ ਤਾਂ ਹੋਰ ਵੀ ਹੈ, ਬਾਕੀ ਆਪਾਂ ਨੂੰ ਮੋਸਟਲੀ ਜਾਣਦੇ ਆ ਸਰਵੀ ਵਖਾਉਂਦੇ, ਆਪਣੇ ਲੋਕ ਜ਼ਿਆਦਾ ਪੰਜਾਬ 'ਚ ਸਰਵੀ ਹੈ, ਮਸੂਰ ਕੁਛ ਨਹੀਂ ਹੈ। ਸੋ ਇਹ ਇੱਕ ਮੇਨ ਕ੍ਰੋਪ ਹੈ ਜੀ, ਪਹਿਲਾਂ ਸੀਗੀ, ਚਲੋ ਹੁਣ ਇੱਥੇ ਵਾਪਸ ਜ਼ਰੂਰ ਆਊਗੀ, ਜਿਵੇਂ ਪਾਣੀ ਦਾ ਪੱਧਰ ਥੱਲੇ ਜਾਈ ਜਾਂਦਾ, ਕਪਾਹ ਦੁਬਾਰਾ ਆਉਣੀ, ਨਰਮਾ ਦੁਬਾਰਾ ਆਊਗਾ ਪੰਜਾਬ 'ਚ, ਅਤੇ ਚੰਗੀ ਗੱਲ ਹੈ ਜੀ, ਗੁੱਡ ਫਸਲ ਹੈ, ਜੇ ਮਿਹਨਤ ਨਾਲ ਬੰਦਾ ਕਮਾਉਂਦਾ ਤਾਂ ਵਧੀਆ ਚਾਰ ਪੈਸੇ ਛੱਡ ਕੇ ਜਾਂਦੀ ਹੈ। ਅਤੇ ਮੈਨੂੰ ਜ਼ਿਆਦਾ ਨੌਲੇਜ ਨਹੀਂ ਖੇਤੀ ਬਾਰੇ, ਇਸ ਚੀਜ਼ ਬਾਰੇ, ਕਪਾਹ ਬਾਰੇ, ਸਾਡੇ ਤੱਕ ਝੋਨਾ ਕਣਕ ਹੀ ਜ਼ਿਆਦਾ ਬੰਦ ਹੋ ਜੂਗੀ ਛੇਤੀ ਮੈਨੂੰ ਲੱਗਦਾ, ਜਿਵੇਂ ਆਪਣੇ ਨਾਲ ਚੱਲੀ ਜਾਂਦੇ ਆ, ਪਾਣੀ ਤਾਂ ਹੈ ਨਹੀਂ ਹੁਣ ਥੱਲੇ,
ਤੇ ਉਸ ਹਿਸਾਬ ਦੀ ਰੈਕੀ ਕੀਤੀ ਤੇ ਉਧਰ ਨਾਲੇ ਕੱਚੇ ਥੋੜੇ ਜਿਹੇ ਘਰ ਵੀ ਚਾਹੀਦੇ ਸੀਗੇ ਤੇ ਬਿਕਾਜ਼ ਮਤਲਬ ਉਹ ਬੰਦੇ ਦਿਖਾਉਣੇ ਜਿਹੜੇ ਮਤਲਬ ਖੇਤਾਂ 'ਚ ਕੰਮ ਕਰਦੇ ਨੇ ਉਹਨਾਂ ਦੀ ਉਹਨਾਂ ਦੀਆਂ ਸਟੋਰੀਜ਼ ਉਹਨਾਂ ਦੀ ਰੀਅਲ ਲਾਈਫ ਉਹ ਕਿੱਦਾਂ ਉਹਨਾਂ ਦਾ ਕਿੱਦਾਂ ਉਹ ਰਹਿੰਦੇ ਆ ਕਿੱਦਾਂ ਖਾਂਦੇ ਪੀਂਦੇ ਤੁਰਦੇ ਆ ਮਤਲਬ ਉਹ ਕਰੈਕਟਰਸ ਨੇ ਸੋ ਸਾਨੂੰ ਨਾਲੇ ਉਹ ਕਨਵੀਨੀਅੰਟ ਜਿਹਾ ਵੀ ਲੱਗਦਾ ਸਾਡੇ ਲਈ ਲੱਕੀ ਵੀ ਅਸੀਂ ਕਾਫੀ ਫਿਲਮਾਂ ਰਾਜਸਥਾਨ ਕੀਤੀਆਂ ਨੇ ਗੰਗਾਨਗਰ ਤੇ ਤਾਂ ਕਰਕੇ ਅਸੀਂ ਫਿਰ ਉੱਥੇ ਜਾ ਵੜੇ ਜੱਗੀ ਕੇ ਪਿੰਡਾਂ ਲਈ ਜੀ ਅੱਛਾ ਜਿਵੇਂ ਕਿ ਹੁਣ ਮੂਵੀ ਦਾ ਟ੍ਰੇਲਰ ਦੇਖਿਆ ਕਾਫੀ ਕਨਫਿਊਜ਼ਨ ਹੈ ਟਵਿਸਟ ਵੀ ਹੈਗਾ ਉਹ ਤਾਂ ਮੈਂ ਕਵਾਂਗੀ ਨਹੀਂ ਕਿਉਂਕਿ ਦੱਸਣਾ ਨਹੀਂ ਤੁਸੀਂ ਹੈ ਨਾ ਅਤੇ ਪਰ ਕਿਤੇ ਨਾ ਕਿਤੇ ਇੱਕ ਕਨਫਿਊਜ਼ਨ ਹੋਰ ਵੀ ਹੈ ਕਿਉਂਕਿ ਇੱਕ ਜ਼ੋਨ ਚੱਲਿਆ ਸੀ ਪੁਰਾਣੇ ਟਾਈਮ ਦੀਆਂ ਹੀ ਮੂਵੀਜ਼ ਅਸੀਂ ਪੁਰਾਣੇ ਟਾਈਮ 'ਚ ਚਲੇ ਜਾਂਦੇ ਸੀ ਇਹਨੂੰ ਦੇਖ ਕੇ ਵੀ ਹਜੇ ਇੰਨੀ ਕਲੈਰਿਟੀ ਨਹੀਂ ਹੋ ਰਹੀ ਕਿ ਲਵ ਸਟੋਰੀ ਅੱਜ ਦੀ ਹੈ ਕਿ ਪੁਰਾਣੀ ਹੈ ਅੱਜ ਦੀ ਜੀ ਅੱਛਾ ਅਤੇ ਮੈਂ ਇਹ ਵੀ ਸੁਣਿਆ ਕਿ ਜਦੋਂ ਮੂਵੀ ਸ਼ੂਟ ਹੁੰਦੀ ਤੁਹਾਡੀ ਆਪਸ 'ਚ ਕਾਫੀ ਖਿਟਪਿਟ ਹੁੰਦੀ ਸੀ ਕਾਫੀ ਤੰਗ ਕਰਦੇ ਸੀ ਐਮੀ ਤੁਹਾਨੂੰ ਕੁਛ ਯਾਦ ਜਿਹੜੀ ਸੈੱਟ 'ਤੇ ਤੰਗ ਕਹਿ ਲਓ ਪਰ ਤੰਗ ਨਹੀਂ ਵੀ ਕਹਿ ਸਕਦੇ ਤੰਗ ਇੱਕ ਹੋਰ ਤਰ੍ਹਾਂ ਦਾ ਵਰਡ ਹੁੰਦਾ ਸ਼ਰਾਰਤਾਂ ਕਹਿ ਸਕਦੇ ਹਾਂ ਆਪਾਂ ਕਿ ਅਸੀਂ ਬਹੁਤ ਫਨ ਕੀਤਾ ਸ਼ੂਟ ਕਰਦੇ ਬਹੁਤ ਫਨ ਕੀਤਾ ਮਤਲਬ ਇੰਨਾ ਲਾਈਵਲੀ ਅਤੇ ਲਾਈਟ ਐਟਮੋਸਫੇਅਰ ਰੱਖਿਆ ਸ਼ੂਟ 'ਤੇ ਕਿ 2 ਮਹੀਨੇ ਸਾਡਾ ਸ਼ੂਟ ਚੱਲਿਆ ਪਤਾ ਹੀ ਨਹੀਂ ਲੱਗਾ ਕਿ ਉਹ 2 ਮਹੀਨੇ ਗਏ ਤੇ 40 ਦਿਨ ਨਿਬੜਿਆ ਨਹੀਂ ਸੀ ਮੈਂ ਲੇਟ ਉੱਠਦਾ ਸੀ ਤਾਂ 2 ਮਹੀਨੇ ਦੇ ਲਈ ਤੇ ਮਤਲਬ ਅਦਰਵਾਈਜ਼ ਜੇ ਨਹੀਂ ਤੁਹਾਡੀ ਬੌਂਡਿੰਗ ਹੋਏ ਜਾਂ ਜੇ ਸੈੱਟ ਤੇ ਕੁਝ ਨਹੀਂ ਮਤਲਬ ਲਾਈਵਲੀਨੈਸ ਨਹੀਂ ਹੋਏ ਨਾ ਤੇ ਉਹ 2 ਦਿਨ ਵੀ ਕੱਟਣੇ ਔਖੇ ਹੋ ਜਾਂਦੇ ਬਟ ਸਾਡੇ 2 ਮਹੀਨੇ ਇੱਦਾਂ ਲੰਘੇ ਪਤਾ ਹੀ ਨਹੀਂ ਲੱਗਿਆ ਜੀ ਸੋ ਲੇਟ ਉੱਠਦੇ ਮੈਨੂੰ ਲੱਗਦਾ ਅੱਜ ਵੀ ਲੇਟ ਹੀ ਉੱਠੇ ਹੋ ਨਾ ਤਾਂ ਹੀ ਸਾਨੂੰ ਬੜਾ ਇੰਤਜ਼ਾਰ ਕਰਾਇਆ ਤੁਸੀਂ ਨਹੀਂ ਜੀ ਤੁਹਾਡੇ ਤੋਂ ਪਹਿਲਾਂ ਸਾਡੇ 4 ਇੰਟਰਵਿਊ ਸੀਗੇ ਤੁਹਾਡੇ ਤੋਂ ਪਹਿਲਾਂ 4 ਇੰਟਰਵਿਊ ਕਰਕੇ ਆਇਆ ਮੈਂ ਸਵੇਰੇ ਸੁੱਤਾ ਸੀ 5:30 ਵਜੇ ਤੇ ਮੈਂ 9:15 ਵਜੇ ਉੱਠਾ ਸੀ ਸਵੇਰੇ ਰਣਵੀਰ ₹5 ਲੱਖ ਵੱਧ ਲੱਗ ਗਏ ਉਹ ਲੈ ਕੇ ਆਇਆ ਸੀ ਆਉਣ ਲੱਗੇ ਉਹਨਾਂ ਨੂੰ ਕੰਮ ਕਰਨ ਦਾ ਤਰੀਕਾ ਨੀ ਜੀ ਵੱਖਰਾ ਕੰਮ ਸਾਰਾ ਸੇਮ ਹੈ ਆਰਟਿਸਟਾਂ ਲਈ ਤਾਂ ਜਮਾ ਹੀ ਆਲਮੋਸਟ ਜਮਾ ਸੇਮ ਹੀ ਆਰਟਿਸਟਾਂ ਵਾਸਤੇ ਤਾਂ ਐਕਟਿੰਗ ਕਰਨੀ ਬਸ ਲੈਂਗੁਏਜ ਦਾ ਫਰਕ ਹੈ ਤੇ ਉਹਨਾਂ ਦੇ ਬਜਟ ਜ਼ਿਆਦਾ ਨੇ ਉਹ ਫਿਲਮਾਂ 3-4 ਮਹੀਨੇ ਸ਼ੂਟ ਕਰਦੇ ਆ ਮਤਲਬ ਜਿਹੜੇ ਵੱਡੀਆਂ ਫਿਲਮਾਂ ਹੁੰਦੀਆਂ 3-4 ਮਹੀਨੇ ਸੋਰੀ ਸ਼ੂਟ ਕਰਦੇ ਆ ਤੇ ਆਪਾਂ ਆਲਮੋਸਟ ਮਤਲਬ 1.5 ਮਹੀਨਾ ਜਾਂ ਮੈਕਸ 2 ਲਾਵਾਂਗੇ ਮਹੀਨੇ ਤੋਂ ਲੈ ਕੇ 2 ਮਹੀਨੇ ਤੱਕ ਆਪਣੀ ਫਿਲਮਾਂ ਸ਼ੂਟ ਹੁੰਦੀਆਂ ਜੀ ਮਿਊਜ਼ਿਕ ਜਾਨੀ ਬੀਪਰਾਗ ਅੱਜ ਦੇ ਟਾਈਮ ਦੇ ਵਿੱਚ ਵੈਸੇ ਹੀ ਉਹਨਾਂ ਦੇ ਗਾਣੇ ਜਿਹੜੇ ਹਿੱਟ ਹੋ ਜਾਂਦੇ ਨੇ ਸੋ ਉਹਨਾਂ ਦੇ ਵਿੱਚ ਤੁਸੀਂ ਖੁਦ ਵੀ ਸਿੰਗਰ ਹੋ ਅਤੇ ਕਿਤੇ ਨਾ ਕਿਤੇ ਕੰਟਰੀਬਿਊਸ਼ਨ ਕਿੰਨੀ ਕੁ ਹੋਈ ਔਰ ਤੁਹਾਡਾ ਵੀ ਗਾਣਾ ਆ ਰਿਹਾ ਉਹਦੇ ਪਿੱਛੇ ਕੋਈ ਸਟੋਰੀ ਵੀ ਹੈ ਮੇਰੇ ਖਿਆਲ ਦੇ ਵਿੱਚ ਉਹ ਵੀ ਸ਼ੇਅਰ ਕਰ ਲੈਂਦੇ ਹਾਂਜੀ ਫਿਲਮ 'ਚ 6 ਗਾਣੇ ਆ ਜੀ ਅਤੇ ਮੈਂ 1 ਗਾਇਆ ਜੀ ਉਹਨਾਂ 'ਚੋਂ ਅਤੇ ਬਾਕੀ ਮੇਰੇ ਖਿਆਲ 3 ਬੀਪ੍ਰੈਕ ਭਾਜੀ ਦੇ ਆ ਬੀਪ੍ਰੈਕ ਭਾਜੀ ਦੇ ਕਿਹੜਾ ਆਪਾਂ ਹੁਣੇ ਸੁਣਿਆ ਕਬੂਲ ਹੈ ਹਸ਼ਮਤ ਸੁਲਤਾਨਾ ਜੀ ਨੇ ਗਾਇਆ ਅਤੇ 1 ਗਾਇਆ ਕਮਲ ਖਾਨ ਸਾਹਿਬ ਨੇ ਅਤੇ ਸਾਰਿਆਂ ਦਾ ਕੰਟਰੀਬਿਊਸ਼ਨ ਹੈ ਜੀ ਬੀਪ੍ਰੈਕ ਭਾਜੀ ਦਾ ਜਾਨੀ ਵੀਰੇ ਦਾ ਥੈਂਕ ਯੂ ਇੰਨਾ ਸੋਹਣਾ ਕੰਮ ਕਰਕੇ ਦਿੱਤਾ ਉਹਨਾਂ ਨੇ ਸਾਨੂੰ ਉਹਨਾਂ ਦੀ ਮਿਹਨਤ ਲੱਗੀ ਹੈ ਜੀ ਸਾਰੇ ਉਹਨਾਂ ਦੇ ਡਿਸੀਜਨ ਨੇ ਕਿਹੜੇ ਤੋਂ ਕਦੋਂ ਕਿਹੜੇ ਵੇਲੇ ਗਵਾਉਣਾ ਹੈ ਕਿਹੜਾ ਗਾਣਾ ਗਵਾਉਣਾ ਹੈ ਕਿਵੇਂ ਦਾ ਗਵਾਉਣਾ ਉਹਨਾਂ ਨੂੰ ਪਤਾ ਅਤੇ ਬਿਕੋਜ਼ ਉਹ ਜ਼ਿਆਦਾ ਕੰਮ ਕਰਦੇ ਮਿਊਜ਼ਿਕ ਦਾ ਅਤੇ ਉਹਨਾਂ ਨੂੰ ਜ਼ਿਆਦਾ ਸੈਂਸ ਹੈ ਸਾਡੇ ਨਾਲੋਂ ਉੱਥੇ ਵੀ ਸਰੈਂਡਰ ਹੀ ਕਰਦਾ ਜੀ ਮੈਂ ਜ਼ਿਆਦਾ ਦਿਮਾਗ ਨਹੀਂ ਲਾਉਂਦਾ ਜੀ ਅਤੇ ਨਾਲੇ ਜੱਗੀ ਮਤਲਬ 1.5 ਸਾਲ ਤੋਂ ਪਿਛਲੇ ਸਾਲ ਤੋਂ ਉਹਨਾਂ ਦੇ ਨਾਲ ਹੀ ਮਤਲਬ ਐਸੋਸੀਏਟ ਹੈ ਇਸ ਚੀਜ਼ ਨੂੰ ਲੈ ਕੇ ਫਿਲਮ ਨੂੰ ਲੈ ਕੇ ਅਤੇ ਵੈਸੇ ਵੀ ਸੱਜਣ ਮਿੱਤਰਤਾ ਹੈਗੀ ਹੈ ਜੀ ਉਹਨਾਂ ਦੀ ਆਪੋ ਸੋ ਆਪਸ 'ਚ ਹੀ ਲੱਗੇ ਰਹਿੰਦੇ ਜੀ ਫਿਲਮ ਦੇ ਮਿਊਜ਼ਿਕ ਨੂੰ ਲੈ ਕੇ ਮੇਰਾ 1 ਰੁਪਏ ਦਾ ਕੰਟਰੀਬਿਊਸ਼ਨ ਹੈ ਜੀ 1-20 ਰੁਪਏ ਮੈਂ ਸਿਰਫ ਗਾਣਾ ਗਾਇਆ ਜੋ ਵੀ ਮੈਂ ਇਹਨਾਂ ਨੂੰ ਕਿਹਾ ਸੀ ਯਾਰ ਮੈਨੂੰ ਗਾ ਲੈਂਦਾ ਤੁਹਾਨੂੰ ਠੀਕ ਲੱਗਦਾ ਅਤੇ ਉਹ ਫਿਰ ਮੈਂ ਇੱਕ ਦਿਨ ਬਿਮਾਰ ਜਾਈ ਸੀ ਮੈਂ ਗਾਇਆ ਤੂੰ ਲੱਕੀਲੀ ਸਿਲੈਕਟ ਹੋ ਗਿਆ ਜੇ ਨਾ ਵੀ ਹੁੰਦਾ ਮੈਨੂੰ ਕੋਈ ਚੱਕਰ ਨਹੀਂ ਹੋਰ ਵੀ ਗਾ ਲੈਂਦਾ ਜੀ ਜੀ ਸੋ ਕਿਤੇ ਨਾ ਕਿਤੇ ਹੋ ਜਾਂਦਾ ਵੀ ਇੱਕ ਫੀਲਿੰਗ ਜੀ ਆ ਜਾਂਦੀ ਅੱਛਾ ਮੈਂ ਵੀ ਸਿੰਗਰ ਮੇਰੀ ਨਾਲ ਕੰਟਰੀਬਿਊਸ਼ਨ ਤਾਂ ਹੋਣੀ ਚਾਹੀਦੀ ਹੈ ਵੀ ਇੱਦਾਂ ਕਿੱਦਾਂ ਹੈ ਨਾ ਵੀ ਜਾਂ ਡਾਇਰੈਕਸ਼ਨ ਦੇ ਵਿੱਚ ਵੀ ਔਰ ਪ੍ਰੋਡਿਊਸਰ ਵੀ ਹੋ ਤੁਸੀਂ ਜੀ ਅਤੇ ਫਿਲਹਾਲ ਇੱਕ ਹੋਰ ਬ੍ਰੇਕ ਲੈਣਾ ਪਏਗਾ ਸੋ ਮੈਂ ਇੱਕ ਛੋਟੇ ਜਿਹੇ ਬ੍ਰੇਕ ਲੈ ਕੇ ਫਿਰ ਛੇਤੀ ਛੇਤੀ ਵਾਪਸ ਆਈ ਸੋ ਜੀ ਸਵਾਗਤ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ ਅਤੇ ਸੁਪਨਾ ਮੂਵੀ ਦੀ ਸਟਾਰਕਾਸਟ ਤੁਹਾਨੂੰ ਪਤਾ ਹੀ ਹੈ ਕਿ ਇੰਤਜ਼ਾਰ ਕਰ ਰਹੇ ਹੋ ਤੁਸੀਂ ਬ੍ਰੇਕ ਛੇਤੀ ਛੇਤੀ ਖਤਮ ਹੋਵੇ ਅਤੇ ਮੂਵੀ ਬਾਰੇ ਅਸੀਂ ਹੋਰ ਜਾਣ ਪਾਈਏ ਅਤੇ ਇੱਕ ਵਾਰ ਫਿਰ ਤੋਂ ਸਵਾਗਤ ਇੱਕ ਵਾਰ ਫਿਰ ਤੋਂ ਵੈਲਕਮ ਜੀ ਬਾਰ ਬਾਰ ਕਰ ਰਹੇ ਹਾਂ ਵੈਲਕਮ ਥੈਂਕ ਯੂ ਮੈਂ ਪੁੱਛਣ ਆਇਆ ਸੀ ਇੱਕ ਗੱਲ ਮੈਂ ਦੌਰਾ ਪਾ ਦੇਗਾ ਤੂੰ ਸਿੱਧਾ ਹੀ ਬਸ ਕੁੰਡੀ ਨਾ ਖੜਕਾਓ ਸਿੱਧਾ ਹੀ ਅੰਦਰ ਆ ਜਾਓ ਮੈਂ ਸ਼ਾਇਦ ਫੋਲੋ ਕਰਨਾ ਫੋਲੋ ਅੱਛਾ ਐਮ ਵੀ ਫੋਲੋ ਕਰਦੇ ਹਾਂਜੀ ਕੁਛ ਨਹੀਂ ਜਦੋਂ ਦਾ ਮੈਂ ਤੁਹਾਨੂੰ ਦੇਖਿਆ ਮੈਂ ਸ਼ਾਇਦ ਅੱਧਰ ਉੱਧਰ ਦੇਖਣਾ ਬੰਦ ਕਰਤਾ ਤੇ ਹੁਣ ਮੰਮੀ ਹੋਰਾਂ ਨੇ ਕਹਿਤਾ ਇਹਦੇ ਘੋੜੇ ਵਾਂਗੂ ਉਹ ਲਾ ਦਿਓ ਵੀ ਸਿਰਫ ਤਾਨੀਆਂ ਨੂੰ ਦੇਖੇ ਕਿਸੇ ਨੂੰ ਵੇਖੇ ਹੀ ਨਾ ਸੁਪਨਾ ਕੀ ਵੇਖਿਆ
ਮਤਲਬ ਜਰਨਲੀ ਸੁਪਨਾ ਆ ਗਿਆ ਵੀ ਮੈਂ ਹੀਰੋ ਬਣ ਗਿਆ ਆ, ਮਤਲਬ ਇਹ ਤਾਂ ਨਾਰਮਲ ਜੀ ਗੱਲ ਹੈ, ਇਹ ਕਦੀ ਸੱਚ ਨਹੀਂ ਹੋਣਾ ਹੈ ਨਾ। ਨਹੀਂ 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 ਉਹ ਹੋ ਸਕਦਾ ਜੇ ਆ ਕੋਈ ਹੋਰ ਕੁੜੀਆਂ ਕੜੀਆਂ ਵੇਖੇ ਉਹ ਤਾਂ ਨਾ, ਮੇਰੇ ਤੋਂ ਸਲਾਹ ਲਈ ਮੈਂ ਚਿਤਰਾਵਲ ਕਰਵਾਉਣੀ ਤੇਰੀ ਪੜਵਾ ਕੇ। ਪਰ ਹੀਰੋ ਬਣ ਸਕਦਾ ਹੈ ਬਣ ਸਕਦਾ ਜੀ, ਬਣ ਸਕਦਾ ਬਣ ਕੇ ਨਹੀਂ ਸਕਦਾ, ਕਿੰਨਾ ਸੋਹਣਾ ਤੇ ਆਇਆ ਵਾ ਪੱਗ ਬੰਨਣੀ ਆ ਤੇ ਸੋਹਣਾ ਹੀਰੋ ਬਣ ਜਾਣਾ। ਮੇਰਾ ਫੇਵਰੇਟ ਸੌਂਗ ਆ ਕਬੂਲ ਹੈ, ਕਬੂਲ ਹੈ ਬਹੁਤ ਹੀ ਜ਼ਿਆਦਾ ਪਸੰਦ ਹੈ। ਤੁਹਾਡੀ ਹਾਮੀ ਦੀ ਜ਼ਰੂਰਤ ਨਹੀਂ, ਇੱਧਰ ਹੀ ਗੱਲ ਕਰ ਲਾ ਮੈਂ, ਬਹੁਤ ਜ਼ਿਆਦਾ ਮੈਨੂੰ ਪਸੰਦ ਹੈ। ਤੁਸੀਂ ਦੋ ਕੁ ਲਾਈਨਾਂ ਮੈਂ ਮੈਂ ਨਹੀਂ, ਮੈਂ ਡਾਂਸ ਕਰ ਸਕਦੀ ਹਾਂ, ਮੈਂ ਗਾ ਨਹੀਂ ਸਕਦੀ। ਥੋੜ੍ਹਾ ਜਿਹਾ ਥੋੜ੍ਹਾ ਜਿਹਾ ਹਲਕਾ ਜਿਹਾ ਗੁਣਗੁਣਾ ਕੇ। ਨਹੀਂ ਬਈ, ਉਹ ਹਸ਼ਮਤ ਸੁਲਤਾਨਾ ਨੇ ਇੰਨਾ ਸੋਹਣਾ ਗਾਣਾ ਗਾਇਆ ਹੈ, ਮੈਨੂੰ ਤੇਰੀ ਬੇਵਫਾਈ ਵੀ ਕਬੂਲ ਹੈ, ਬੇਵਫਾਈ ਵਾਲੀ ਲਾਈਨ ਛੱਡੋ, ਮੈਨੂੰ ਵੀ ਕਬੂਲ ਹੈ। ਉਹਨੇ ਤਾਂ ਤੈਨੂੰ ਇਹ ਕਿਹਾ ਵੀ ਜੇ ਤੂੰ ਕਿਤੇ ਹੋਰ ਵੀ ਮੂੰਹ ਮਾਰਨਾ ਤੇ ਮਾਰ, ਮੈਨੂੰ ਕਬੂਲ ਹੈ। ਤੂੰ ਮਾਮਾ ਲੈ ਇਸ ਡਿਸੀਜਨ ਲੈ ਕੇ। ਯੈਸ ਭਾਈ, ਬਾਕੀ ਗੱਲਾਂ ਛੱਡੋ, ਮੈਂ ਇੱਕ ਗੱਲ ਜ਼ਰੂਰੀ ਪੁੱਛਣਾ ਚਾਹੁੰਦਾ। ਮੈਂ ਬੜੀ ਵਾਰੀ ਤੁਹਾਡੇ ਮੂੰਹ ਤੋਂ ਸੁਣਿਆ ਮਾਮਾ, ਇਹਦਾ ਕੀ ਰਾਜ਼ ਹੈ? ਮਤਲਬ ਨਾਨਕਿਆਂ ਨਾਲ ਪਿਆਰ ਬਹੁਤ ਹੈ ਮਾਮਾ ਤੂੰ ਨਾਲ, ਹੈ ਮੇਰੇ ਨਾਨਕਿਆਂ ਨਾਲ ਪਿਆਰ ਬਹੁਤ ਹੈ। ਹਾਂ ਇਹ ਤਾਂ ਹੈ, ਪਰ ਮੇਰੀ ਉਮਰ ਸੇ ਤੋ ਮੇਰੇ ਤੋਂ ਬੱਚਾ ਕਾ ਪਤਾ ਚੱਲ ਰਿਹਾ ਹੈ ਮੈਂ ਛੋਟਾ ਹੂੰ, ਮੈਂ ਆਮ ਨਾਟ ਕੈਪੇਬਲ ਫਾਰ ਮਾਮਾ ਆਈ ਥਿੰਕ। ਅਸੀਂ ਕਿਸੇ ਨਾਲ ਸੈੱਟ ਹੁੰਦੇ ਹਾਂ, ਯਾਨੀ ਕਿ ਹੀਰੋਇਨ ਸਾਹਮਣੇ ਆ, ਹੁਣ ਹੀਰੋਇਨ ਨੂੰ ਅਸੀਂ ਪ੍ਰਪੋਜ਼ ਕਰਨਾ, ਕਿਸ ਤਰੀਕੇ ਨਾਲ ਕਰਾਂਗੇ ਕਿ ਉਹਨੂੰ ਪਤਾ ਵੀ ਨਾ ਲੱਗੇ ਕਿ ਅਸੀਂ ਉਹਨੂੰ ਪ੍ਰਪੋਜ਼ ਕਰ ਰਹੇ ਹਾਂ? ਫਿੜੇ ਮੂੰਹ ਇਹੋ ਜਿਹੇ ਪ੍ਰਪੋਜ਼ ਫਿਰ ਇਹੋ ਜਿਹੇ ਪ੍ਰਪੋਜ਼ ਕਰਨਾ ਕਿ ਸਿੱਟ ਮਾਰਨਾ ਹੋਵੇ ਪ੍ਰਪੋਜ਼ ਕਰਕੇ? ਨਹੀਂ, ਇਹਦੀ ਲੋੜ ਹੀ ਕੀ ਹੈ ਫਿਰ ਪ੍ਰਪੋਜ਼? ਜਦੋਂ ਉਹਨੂੰ ਪਤਾ ਹੀ ਨਹੀਂ ਲੱਗਣ ਦੇਣਾ ਕਿ ਪ੍ਰਪੋਜ਼ ਕੀਤਾ ਹੈ, ਤਾਂ ਪ੍ਰਪੋਜ਼ ਦੀ ਲੋੜ ਹੀ ਕੀ? ਉਹੀ ਦੇਖੋ, ਜੇ ਪਤਾ ਲੱਗ ਗਿਆ ਚਪੇੜਾ ਪੈਣਗੀਆਂ, ਇਹ ਤਾਂ 110% ਹੈ। ਤੇ ਤੁਹਾਨੂੰ ਪਤਾ ਹੈ ਜਾਣਾ ਕੇ ਖਾਣਾ ਉੱਤੇ, ਜਦੋਂ ਚਪੇੜਾ ਦੇ ਦਰੀ ਆ ਤੇ ਫਿਰ ਕਾਹਦੇ ਲਈ ਕਰਨਾ? ਫਿਰ ਕਰਨਾ ਹੀ ਕਿਉਂ? ਤੇ ਭਾਜੀ ਮੈਂ ਤੇ ਆਈਡੀਆ ਲੱਭ ਰਿਹਾ ਨਾ, ਮੈਨੂੰ ਆਈਡੀਆ ਚਾਹੀਦਾ ਮੈਂ ਕਿੱਦਾਂ ਕਰਾਂ। ਆਈਡੀਆ ਹੈਗਾ ਨਾ, ਅਸੀਂ ਨਾ ਇੱਕ ਕਾਨੂੰਨ ਪਾਸ ਕਰਾਉਂਦੇ ਆ। ਅੱਛਾ, ਉਹਦੇ 'ਚ ਸਿੱਧਾ ਜਾਣਾ, ਤੂੰ ਜਾ ਕੇ ਉੱਥੇ ਆਈ ਲਵ ਯੂ ਕਹਿਣਾ। ਅੱਛਾ, ਜੇ ਸਾਹਮਣੇ ਉਹ ਤੈਨੂੰ ਪਸੰਦ ਕਰਦੀ ਹੋਈ ਤੇ ਉਹ ਤੈਨੂੰ ਆਈ ਲਵ ਯੂ 2 ਕਹੂਗੀ, ਜੇ ਉਹਨੇ ਮਨਾ ਕਰਤਾ ਚੁੱਪ ਚਾਪ ਵਾਪਸ ਆ ਜਾਣਾ। ਠੀਕ ਹੈ, ਜੇ ਦੋਹਰੀ ਵਾਰੀ ਗਏ ਤੇ ਦੂਜੀ ਉਹ ਹੈਵ ਟੂ ਆ, ਉਹ ਕੰਪਲਸਰੀ ਕੀਤਾ ਵੀ ਛਿੱਤਰ ਪੈਣੀ ਪੈਣੀ ਦੂਜੀ ਵਾਰੀ ਜੇ ਤੁਸੀਂ ਜਾਓਗੇ। ਅੱਛਾ, ਮੰਮੀ ਨੂੰ ਦੱਸਣਾ ਚਾਹਨਾ ਕਿ ਮੰਮੀ ਦੇਖੋ ਕਿਊਟ ਤੁਹਾਡੀ ਨੂੰਹ ਹੈ, ਔਰ ਬਹੁਤ ਹੀ ਸਵੀਟ ਫੇਸ ਆ, ਔਰ ਦੰਦ ਸਾਡੇ ਦੋਨਾਂ ਦੇ ਮਿਲਦੇ ਨੇ ਕਿਤੇ ਕਿਤੇ ਥੋੜੇ ਥੋੜੇ, ਹੈਨਾ, ਔਰ ਅਸੀਂ ਦੋਨੋਂ ਹੀ ਜੇ ਕਿਤੇ ਘਰ 'ਚ ਲੜਾਈ ਲੜੂਈ ਹੋਏਗੀ ਤੇ ਅਸੀਂ ਲੋਕਾਂ ਨੂੰ ਦੰਦੀਆਂ ਵੱਡ ਵੱਡ ਮਾਰ ਦਾਂਗੇ। ਦੰਦ ਮਿਲਦੇ ਨੇ ਮੈਨੂੰ ਭੈਣ ਲੱਗ ਰਹੀ ਹੈ। ਓ ਐਕਸਕਿਊਜ਼ ਮੀ, ਹੂ ਆਰ ਯੂ? ਭੈਣ ਭਰਾ ਤੇ ਮਿਲਦੇ ਹੁੰਦੇ ਨੇ, ਹਨੇਰੇ 'ਚ ਆਪੋ 'ਚ ਵੱਜ ਕੇ ਦੰਦ ਭਰਾ ਲੈਂਦੇ ਦੋਵੇਂ ਜਣੇ। ਏਦਾਂ ਦੀ ਕੋਈ ਗੱਲ ਨਹੀਂ ਹੁੰਦੀ, ਏਦਾਂ ਕੁਛ ਨਹੀਂ ਹੁੰਦਾ ਭੈਣ ਭਰਾ, ਕਿ ਕਈ ਵਾਰੀ ਕਹਿੰਦੇ ਨਹੀਂ ਕਿ ਵਿਆਹ ਤੋਂ ਬਾਅਦ ਬੜੇ ਜਿਹੜੇ ਨੇ ਉਹ ਹਸਬੈਂਡ ਵਾਈਫ ਸੇਮ ਲੱਗਣ ਲੱਗ ਪੈਂਦੇ ਆ, ਹੁੰਦਾ ਹੈ ਏਦਾਂ? ਅੱਛਾ, ਅਗਰ ਤੁਹਾਡੀ ਗੱਲ ਚੁੱਪ ਕਰ, ਤੁਸੀਂ ਨੋਲੇਜ ਬਹੁਤ ਹੈ, ਬਹੁਤ ਪੜ੍ਹਾਈ ਦੇ ਚਾਹੇ ਹੋਏ ਨਹੀਂ, ਬਟ ਇਹਨੂੰ ਕੁੜੀਆਂ ਦੇ ਮਾਮਲੇ ਚ ਬਹੁਤ ਨੌਲੇਜ ਹੈ, ਬਹੁਤ ਨੌਲੇਜ ਹੈ। ਮੈਂ ਇਹਨੂੰ ਜਾਣਦਾ ਹੀ ਨਹੀਂ, ਸ਼ੀ ਇਜ਼ ਕੁੜੀ ਆਲਸੋ, ਬਟ ਆਈ ਡੋਨਟ ਨੋ ਹੂ ਸ਼ੀ ਇਜ਼। ਹੁਣ ਮੈਂ ਮੂਵੀ ਬਾਰੇ ਗੱਲਬਾਤ ਕਰ ਲਾਂ। ਅੱਛਾ, ਆਪ ਮੂਵੀ ਹੈ ਨਾ, ਹੁਣ ਇਹ ਵੀ ਇਰੀਟੇਟ ਕਰ ਰਿਹਾ, ਪਰ ਤੁਸੀਂ ਇਹ ਦੱਸੋ ਕਿ ਮੂਵੀ ਦੇ ਕਿਹੜਾ ਪਾਰਟ ਤੁਹਾਨੂੰ ਇਰੀਟੇਟ ਕਰਦਾ? ਡਬਿੰਗ ਹੋ ਗਈ, ਸ਼ੂਟਿੰਗ ਹੋ ਗਈ, ਜਾਂ ਉਸ ਤੋਂ ਬਾਅਦ ਪ੍ਰੋਮੋਸ਼ਨ? ਡਬਿੰਗ ਡਬਿੰਗ ਡਬਿੰਗ। ਅੱਛਾ, ਤੇ ਤੁਹਾਨੂੰ ਡਬਿੰਗ ਡਬਿੰਗ ਹੀ ਕਿਆ? ਪ੍ਰੋਮੋਸ਼ਨਸ ਅੱਛੀਆਂ ਲੱਗਦੀਆਂ ਨੇ? ਹਾਂ, ਪ੍ਰੋਮੋਸ਼ਨਸ 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 ਹੈਕਟਿਕ ਬਹੁਤ ਹੁੰਦੇ ਨੇ। 3-4 ਇੰਟਰਵਿਊ ਤੁਹਾਡੀ ਦੇ ਵਧੀਆ ਲਾਦੇ, ਉਦੋਂ ਮੁੜ ਕੇ ਉਹ ਗੱਲਾਂ, ਮੁੜ ਕੇ ਉਹ ਗੱਲਾਂ, ਮੁੜ ਕੇ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ, ਤਾਂ ਕਰਕੇ ਫਿਰ ਪ੍ਰੈਕਟੀਕਲ ਗੱਲ ਸਹੀ ਨਾਲੇ ਐਵੇਂ ਤੇ ਤਿਆਰ ਹੋ ਜਾਂਦੇ 5 ਮਿੰਟ ਚ, ਮੈਨੂੰ ਲੱਗਦਾ ਅੱਧਾ ਪੌਣਾ ਘੰਟਾ। ਬਹੁਤ ਮਜ਼ਾ ਆਉਂਦਾ ਕਰਕੇ, ਬਿਕੋਜ਼ ਆਪਾਂ ਗੱਲਬਾਤ ਕਰਦੇ ਹਾਂ, ਅਸੀਂ ਬਿਹਾਈਂਡ ਦ ਸੀਨਸ ਸੋਹਣੇ ਕੱਪੜੇ ਪਾਉਨੇ ਆ, ਹਾਂ ਬਿਹਾਈਂਡ ਪਾਉਨੇ ਹੁੰਦੇ ਤੇ ਫਿਰ ਉਹ ਬਿਹਾਈਂਡ ਦ ਸੀਨਸ ਡਿਸਕਸ ਕਰਨੇ ਆ। ਕੱਲ ਇੰਨੀ ਸੋਹਣੀ ਤਾਂ ਪਾਈ ਸੀ ਹੁੱਡੀ,
ਦੂਰ ਦੀਆਂ ਗੱਲਾਂ ਨੇ ਪੰਜ ਪੰਜ ਘੰਟੇ ਲੱਗਦੇ ਨੇ ਫਿਰ ਵੀ ਆਹ ਘੰਟੇ ਲੱਗਦੇ ਨੇ ਨੀ ਮੈਨੂੰ ਲੱਗਦਾ ਜਿੱਥੇ ਤੱਕ ਦੀਦੀ ਕੋਲੋਂ ਲੱਗਦਾ ਤੇਰੇ ਲੱਗਣ ਤੇ ਕੀ ਹੋ ਗਿਆ ਸਭ ਤੋਂ ਗੁੱਸੇ ਵਾਲਾ ਕੌਣ ਸੀ, ਸਭ ਤੋਂ ਇਰੀਟੇਟਿੰਗ ਕੌਣ ਸੀ, ਸਭ ਤੋਂ ਵੱਧ ਹਸਾਉਂਦਾ ਕੌਣ ਸੀ, ਸਭ ਤੋਂ ਵੱਧ ਮਜ਼ਾ ਕਿਹਦੇ ਨਾਲ ਕੰਮ ਚੱਲ ਐਵੇਂ ਦੱਸੋ ਸਭ ਤੋਂ ਗੁੱਸੇ ਵਾਲਾ ਕੌਣ ਸੀ, ਸਭ ਤੋਂ ਇਰੀਟੇਟਿੰਗ ਕੌਣ ਸੀ, ਸਭ ਤੋਂ ਹਸਾਉਂਦਾ ਕੌਣ ਸੀ, ਸਭ ਤੋਂ ਜ਼ਿਆਦਾ ਮਜ਼ਾ ਕਿਹਦੇ ਨਾਲ ਆਇਆ ਕੰਮ ਕਰਕੇ ਮਜ਼ਾ ਕਿੰਨਾ ਫੋਰਸਫੁਲੀ ਕਿਹਾ ਨਾ ਇੱਕੋ ਹੀ ਹੋਣਾ ਚਾਹੀਦਾ ਇੱਜ਼ਤ ਕਰਦੇ ਦੋਵੇਂ ਜਣੇ ਮੇਰੇ ਖਿਆਲ ਜੱਗੀ ਦੀ ਕਰਦੇ ਹੋਣਗੇ ਇਰੀਟੇਟਿੰਗ ਬਿਲਕੁਲ ਵੀ ਅਸੀਂ ਐਕਚੁਅਲੀ ਹੈ ਵੀ ਇੱਦਾਂ ਜਦੋਂ ਇੱਦਾਂ ਦਾ ਮਾਹੌਲ ਹੋਵੇ ਤਾਂ ਹੀ ਮਜ਼ਾ ਆਉਂਦਾ ਕੰਮ ਕਰਨ ਦੇ ਵਿੱਚ ਵੀ ਨਾ ਉਹੀ ਬੋਰਿੰਗ ਬੋਰਿੰਗ ਤੁਸੀਂ ਕਿਹੜਾ ਸੰਦ ਕਹਿੰਦੇ ਹੋ ਮੈਡੀਟੇਟਿੰਗ ਚਲੋ ਜਵਾਕ ਨੇ ਬੱਚੇ ਨੇ ਹੁਣ ਆਏ ਨੇ ਫਿਲਮਾਂ ਚ ਹੌਲੀ ਹੌਲੀ ਠੀਕ ਹੋ ਜਾਣਗੇ ਤੇ ਹੁਣ ਵੈਸੇ ਹੁਣ ਆਪਣਾ ਇਜਾਜ਼ਤ ਲੈਣ ਦਾ ਵੀ ਟਾਈਮ ਹੋਈ ਜਾਂਦਾ ਤੇ ਮੈਨੂੰ ਯਾਦ ਹੈ ਐਮੀ ਤੁਸੀਂ ਮੂਵੀ ਬਾਰੇ ਕੁਛ ਦੱਸੋ ਔਰ ਇਹਨਾਂ ਨੇ ਇੰਗਲਿਸ਼ ਚ ਦੱਸਣਾ ਸੀ ਨਾ ਕੁਛ ਸਟਾਰਟਿੰਗ ਵਿੱਚ ਕਿਹਾ ਸੀ ਮੈਂ ਤਾਂ ਬਾਏ ਉਹ ਬੇਨਤੀ ਕਰਦਾ ਵੀ ਤੁਸੀਂ ਆਪਣੇ ਪਰਿਵਾਰਾਂ ਨੂੰ ਜਾਓ ਫਿਲਮ ਵੇਖਣ, ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗੂਗੀ ਤੇ ਸਾਰਿਆਂ ਨੇ ਬੜੀ ਸੋਹਣੀ ਮਿਹਨਤ ਕੀਤੀ ਹੈ ਜੀ, ਤੇ ਭਾਵੇਂ ਡਾਇਰੈਕਸ਼ਨ ਪੁਆਇੰਟ ਆਫ ਵਿਊ ਹੈ, ਭਾਵੇਂ ਰਾਈਟਿੰਗ ਤੇ ਐਕਟਿੰਗ ਮਿਊਜ਼ਿਕ ਤੇ ਪ੍ਰੋਡਕਸ਼ਨ ਤੇ ਸਾਰਿਆਂ ਦਾ ਮਤਲਬ ਸਾਰੇ ਜਿੰਨੇ ਵੀ ਡਿਪਾਰਟਮੈਂਟ ਸੀਗੇ ਸਾਰਿਆਂ ਨੇ ਬੜੀ ਰੂਹਦਾਰੀ ਨਾਲ ਕੰਮ ਕੀਤਾ ਤੇ ਬੜੀ ਕਿਊਟ ਜੀ ਫਿਲਮ ਬਣੀ ਹੈ, ਤੁਸੀਂ ਪਰਿਵਾਰਾਂ ਨਾਲ ਜਾ ਸਕਦੇ ਹੋ, ਬੱਚਿਆਂ ਨਾਲ ਜਾ ਸਕਦੇ ਹੋ ਤੇ UA ਸਰਟੀਫਿਕੇਟ ਮਿਲਿਆ, ਮਤਲਬ ਸਾਰੀ ਖਲਕਤ ਸਾਰੀ ਦੁਨੀਆ ਫਿਲਮ ਦੇਖ ਸਕਦੀ ਹੈ। ਤੁਹਾਡਾ ਇੰਗਲਿਸ਼ ਵਾਲਾ ਡਾਇਲੌਗ ਮੈਨੂੰ ਯਾਦ ਆ ਜੇ ਵੀ ਨਹੀਂ, ਮੈਂ ਬਸ ਇੰਨਾ ਕਹੂੰਗੀ ਜੀ ਇਸ ਫਿਲਮ 'ਚ ਹਰ ਇਮੋਸ਼ਨ ਪਾਇਆ ਹੈ, ਦੋ ਇਹ ਲਵ ਸਟੋਰੀ ਹੈ ਬਟ ਇਟ ਇਜ਼ ਹੈਵਿੰਗ ਕਾਮੇਡੀ ਆਲਸੋ, ਇਟ ਇਜ਼ ਹੈਵਿੰਗ ਸਮ ਟੱਚਿੰਗ ਐਸਪੈਕਟਸ ਆਲਸੋ, ਸੋ ਹਰ ਇੱਕ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ, ਬੀ ਇਟ ਰਾਈਟਰ ਡਾਇਰੈਕਟਰ ਐਕਟਰਸ ਲਿਰਿਸਿਸਟ ਮਿਊਜ਼ੀਸ਼ੀਅਨ ਸਿਨੇਮੈਟੋਗ੍ਰਾਫਰ ਕੋਰੀਓਗ੍ਰਾਫਰ ਬਾਕੀ ਦੀ ਸਾਰੀ ਟੀਮ, ਹਰ ਇੱਕ ਛੋਟੇ ਛੋਟੇ ਚੀਜ਼ 'ਤੇ ਵੀ ਪੂਰਾ ਪੂਰਾ ਧਿਆਨ ਦਿੱਤਾ ਗਿਆ ਜਸਟ ਟੂ ਮੇਕ ਇਟ ਸੋ ਗੁੱਡ ਕਿ ਤੁਹਾਨੂੰ ਸਾਰਿਆਂ ਨੂੰ ਇਹ ਮੂਵੀ ਬਹੁਤ ਪਸੰਦ ਆਏ, ਸੋ ਅਸੀਂ ਸਾਰਿਆਂ ਨੇ ਸਭ ਐਸਪੈਕਟ ਵਿੱਚ ਪਾ ਕੇ ਹੁਣ ਇਹ ਪੈਕੇਜ ਤੁਹਾਨੂੰ ਹੈਂਡਓਵਰ ਕਰ ਰਿਹਾ। ਕੱਲ੍ਹ 14 February ਨੂੰ ਸਾਡੀ ਇਹ ਮੂਵੀ ਜੀ ਰਿਲੀਜ਼ ਹੋ ਰਹੀ ਹੈ ਅਤੇ ਤੁਸੀਂ ਪਲੀਜ਼ ਥੀਏਟਰ 'ਚ ਜਾਓ, ਇਹਨੂੰ ਵੇਖੋ, ਸਾਨੂੰ ਦੱਸਿਓ ਕਿ ਤੁਹਾਨੂੰ ਮੂਵੀ ਕਿੱਦਾਂ ਲੱਗੀ। ਬਿਲਕੁਲ ਜੀ, ਜਿੰਦਾਬਾਦ। ਬਿਲਕੁਲ ਜੀ, ਕੱਲ੍ਹ ਵੈਸੇ ਵੀ ਪਿਆਰ ਦਾ ਦਿਨ ਹੈ, ਵੈਲੈਂਟਾਈਨਸ ਡੇ ਹੈਗਾ, ਸੋ ਜਿਹਨੂੰ ਜਿਹਨੂੰ ਪਿਆਰ ਕਰਦੇ ਹੋ ਆਪਣੇ ਪਿਆਰ ਦੇ ਨਾਲ, ਆਪਣੀ ਫੈਮਿਲੀ ਨੂੰ ਵੀ ਬਹੁਤ ਪਿਆਰ ਕਰਦੇ ਹੋ, ਆਪਣੀ ਪੂਰੀ ਫੈਮਿਲੀ ਨੂੰ ਲੈ ਕੇ, ਭਾਵੇਂ ਕੈਨੇਡਾ ਰਹਿੰਦੇ ਹੋ, ਭਾਵੇਂ ਅਮੈਰੀਕਾ ਰਹਿੰਦੇ ਹੋ, ਜਿੱਥੇ ਮਰਜ਼ੀ ਰਹਿੰਦੇ ਹੋ, ਕੋਲ ਤੁਹਾਡੇ ਥੀਏਟਰ ਹੋਏਗਾ, ਜੇ ਦੂਰ ਹੈਗਾ ਤਾਂ ਵੀ ਜ਼ਰੂਰ ਜਾਓ ਇਸ ਮੂਵੀ ਨੂੰ ਦੇਖਣ ਦੇ ਲਈ। ਸੋ ਥੈਂਕ ਯੂ ਸੋ ਮੱਚ ਤੁਸੀਂ, ਥੈਂਕ ਯੂ ਸੋ ਮੱਚ, ਸੋ ਨਾਈਸ ਟਾਕਿੰਗ ਟੂ ਯੂ ਐਂਡ ਸਾਨੂੰ ਦੋ ਵਾਰੀ ਡਰਾਂ ਬੋਲਿਆ, ਥੈਂਕ ਯੂ ਸੋ ਮੱਚ, ਥੈਂਕ ਯੂ। ਸੋ ਇਸੇ ਦੇ ਨਾਲ ਹੁਣ ਸਾਡੀ ਸਾਨੂੰ ਸਭ ਨੂੰ ਦੇ ਦਿਓ ਇਜਾਜ਼ਤ, ਪਰ ਤੁਸੀਂ ਸਭ ਨੇ ਮੂਵੀ ਦੇਖਣ ਜਾਣਾ, ਲਾਸਟ ਸਭ ਇਕੱਠੇ ਕਹਿ ਦਿੰਦੇ ਹਾਂ ਨਾ, ਸੋ ਸਭ ਨੇ ਕੱਲ੍ਹ ਮੂਵੀ ਦੇਖਣ ਜਾਣਾ ਹੈ 14 February, ਸੁਪਨਾ।